ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਨਿਊਜ਼ ਪੰਜਾਬ ਦੀ ਚੈਨਲ ਤੇ ਮੈਂ ਤੁਹਾਡਾ ਆਪਣਾ ਦੋਸਤ ਜਗਰਾਤ ਸਿੰਘ ਗਿੱਲ ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਆ ਕਿ ਜਿਹੜਾ ਹੁਣ ਕਰੋਨਾ ਦਾ ਕਾਲ ਚੱਲ ਰਿਹਾ ਵਾ ਸਾਡੇ ਦੇਸ਼ ਤੇ ਬਹੁਤ ਭਿਆਨਕ ਜਿਹੜੀ ਬਿਮਾਰੀ ਚੱਲ ਰਹੀ ਆ ਸਾਡੀ ਇਹ ਕੋਸ਼ਿਸ਼ ਨੇ ਕਿ ਅਸੀਂ ਤੁਹਾਡੇ ਲਈ ਕੁਝ ਅਜਿਹਾ ਕਰੀਏ ਜਿਦੋਂ ਤੁਹਾਨੂੰ ਕੋਈ ਫਾਇਦਾ ਹੋਵੇ ਅੱਜ ਵੀ ਅਸੀਂ ਇੱਕ ਅਜਿਹੀ ਸ਼ਖਸੀਅਤ ਦੇ ਨਾਲ ਮਿਲੌਣ ਜਾ ਰਹੇ ਹਾਂ ਜੋ ਕਿ ਆਯੁਰਵੈਦਿਕ ਹਰ ਇੱਕ ਬਿਮਾਰੀ ਦਾ ਇਲਾਜ ਕਰਦੇ ਨੇ ਹਨਾ ਤੇ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਕੁਲਜੀਤ ਸਿੰਘ ਜੀ ਰੌਂਤਾ ਜੋ ਕਿ ਆਯੁਰਵੇਦਿਕ ਪ੍ਰੋਡਕਟਾਂ ਦੇ ਨਾਲ ਜਿਹੜਾ ਹੈਗਾ ਕਿਸੇ ਵੀ ਬਿਮਾਰੀ ਦਾ ਜਿਹੜਾ ਇਲਾਜ ਕਰਦੇ ਨੇ ਪੂਰੀ ਗੱਲਬਾਤ ਕਰਾਂਗੇ ਅਸੀਂ ਸਾਡੇ ਨਾਲ ਮੌਜੂਦ ਨੇ ਕੁਲਜੀਤ ਸਿੰਘ ਜੀ ਰੌਂਤਾ ਸੋ ਪਹਿਲਾਂ ਸਵਾਗਤ ਕਰਦੇ ਹਾਂ ਕੁਲਜੀਤ ਸਿੰਘ ਜੀ ਤੁਹਾਡਾ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੁਲਜੀਤ ਸਿੰਘ ਜੀ ਆਯੁਰਵੇਦਿਕ ਦੀ ਜੇ ਅੱਜ ਗੱਲ ਕਰ ਲਈਏ ਜਿਹੜਾ ਯੋਗਾ ਵੈਸੇ ਤਾਂ ਡਾਕਟਰਾਂ ਦਾ ਹੁਣ ਦੂਜਾ ਕੰਮ ਚੱਲ ਰਿਹਾ ਬਹੁਤ ਜ਼ਿਆਦਾ ਕਰੋਨਾ ਕਾਲ ਦੀ ਜੇ ਗੱਲ ਕਰ ਲਈਏ ਸੋ ਬਿਮਾਰੀਆਂ ਬਹੁਤ ਜ਼ਿਆਦਾ ਜਿਹੜਾ ਸਰੀਰ ਨੂੰ ਸਾਡੇ ਖਾਣ ਪੀਣ ਦੇ ਕਾਰਨ ਸੱਦਾ ਦੇ ਰਹੀਆਂ ਨੇ ਜਿਵੇਂ ਗੈਸ ਦੀ ਗੱਲ ਕਰ ਲਈਏ ਤੇਜਾਬ ਦੀ ਗੱਲ ਕਰ ਲਈਏ ਹਨਾ ਸ਼ੂਗਰ ਹਾਰਟ ਹਾਰਟ ਅਟੈਕ ਹੋ ਜਾਂਦਾਤਰ ਤੇ ਇਦਾਂ ਦੀਆਂ ਬਿਮਾਰੀਆਂ ਦੇ ਆਯੁਰਵੇਦਿਕ ਦਾ ਕਿੰਨਾ ਕੁ ਜਿਹੜਾ ਹੈਗਾ ਕੰਮ ਜਿਹੜਾ ਆਪਣਾ ਪ੍ਰੋਡਕਟ ਕਰਦਾ ਜੀ ਜੇ ਆਯੁਰਵੇਦ ਦੀ ਗੱਲ ਕਰੀਏ ਜੀ ਜਿਹੜਾ ਹੈ ਸਾਡੀ ਭਾਰਤ ਦੀ ਸੰਸਕ੍ਰਿਤੀ ਦੇ ਮੁਤਾਬਕ ਜਿਹੜਾ ਹੈ ਭਾਰਤਵਰਸ਼ ਦੇ ਵਿੱਚ 5000 ਸਾਲ ਪੁਰਾਣੀ ਜਿਹੜੀ ਵਿਧੀ ਹੈ ਤੇ ਸਾਡੀ ਪ੍ਰਾਤਨ ਹੈ ਸਾਡੇ ਕਿਉਂਕਿ ਇੱਥੇ ਜਿਹੜੇ ਵਾਤਾਵਰਨ ਹੈ ਮੌਸਮ ਹੈ ਇੱਥੋਂ ਦਾ ਇਹਦੇ ਲਈ ਅਨਕੂਲ ਹੈ ਇੱਥੇ ਜੜੀਆਂ ਬੂਟੀਆਂ ਪੈਦਾ ਹੁੰਦੀਆਂ ਉਹ ਜੜੀਆਂ ਬੂਟੀਆਂ ਨੂੰ ਜਿਹੜਾ ਬੈਦਕ ਤਰੀਕੇ ਦੇ ਨਾਲ ਗਵਰਨਮੈਂਟ ਨੇ ਹੁਣ ਆਯੂਸ਼ ਨੇ ਉਹਦੇ ਅਕੋਰਡਿੰਗ ਦਿੱਤਾ ਹੋਇਆ ਕਿ ਤੁਸੀਂ ਤਰੀਕੇ ਦੇ ਨਾਲ ਰਜਿਸਟਰਡ ਕਰਾ ਕੇ ਹੀ ਵੇਚ ਸਕਦੇ ਹੋ ਪਹਿਲਾਂ ਦੀ ਤਰ੍ਹਾਂ ਨਹੀਂ ਕਿ ਕੋਈ ਗੋਲੀ ਕੁੱਟਤੀ ਕੋਈ ਵਿੱਚ ਅੰਗਰੇਜ਼ੀ ਪਾਤੀ ਕੋਈ ਦੇਸੀ ਪਾਤੀ ਵਧੀਆ ਤਰੀਕੇ ਦੇ ਨਾਲ ਹੁਣ ਚੱਲ ਰਿਹਾ ਜਿਵੇਂ ਹੋਰ ਵੀ ਬਹੁਤ ਕੰਪਨੀਆਂ ਚੱਲ ਰਹੀਆਂ ਅਸੀਂ ਸ਼ੁਰੂਆਤ ਕੀਤੀ ਸੀ ਤਕਰੀਬਨ 2014 ਦੇ ਵਿੱਚ ਜੀ ਪਹਿਲਾਂ ਅਸੀਂ ਵੈਸੇ ਪ੍ਰੈਕਟਿਸ ਕਰਦੇ ਸੀ ਸਾਨੂੰ ਲੋੜ ਮਹਿਸੂਸ ਹੋਈ ਬਿਕੋਜ਼ ਇਹੋ ਜਿਹੇ ਪ੍ਰੋਡਕਟ ਹੈ ਜਿਹੜੇ ਕਿ ਲੋਕਾਂ ਲਈ ਬਹੁਤ ਲਾਹੇਵੰਦ ਆ ਤੇ ਨਹੀਂ ਮਿਲ ਰਹੇ ਮਾਰਕੀਟ ਵਿੱਚ ਜਿਵੇਂ ਗੈਸ ਤਜਾਬ ਦੀ ਜਿਵੇਂ ਤੁਸੀਂ ਗੱਲ ਕਰੀ ਆ ਇਹ ਜੜ੍ਹ ਹੈ ਰੋਗਾਂ ਦੀ ਜੀ ਬਿਲਕੁਲ ਇਹ ਜਿੱਥੋਂ ਹੁੰਦੀ ਇੱਥੋਂ ਹਰ ਬਿਮਾਰੀ ਸ਼ੁਰੂ ਹੁੰਦੀ ਹੈ ਜੇ ਤਜਾਬ ਨਾ ਬਣਦਾ ਹੋਵੇ ਤਾਂ ਕਬਜ਼ ਨਹੀਂ ਹੁੰਦੀ ਜੇ ਤਿਆਬ ਕਵਜ ਨਹੀਂ ਹੁੰਦਾ ਥਾਇਰੋਇਡ ਨਹੀਂ ਬਣਦਾ ਜੀ ਯੂਰਿਕ ਐਸਿਡ ਨਹੀਂ ਬਣਦਾ ਜੀ ਗੰਦਾ ਜਿਹੜਾ ਫੈਟ ਨਹੀਂ ਜਮਾ ਹੁੰਦੀ ਅੰਦਰ ਸਾਡੇ ਕੋਲੇਸਟ੍ਰੋਲ ਨਹੀਂ ਪੈਦਾ ਹੁੰਦਾ ਤੇ ਜੋੜਾਂ ਦੇ ਦਰਦਾਂ ਤੋਂ ਹੀ ਬਚਿਆ ਸਾਰ ਸਕਦਾ ਹੈ ਹਾਰਟ ਦੀ ਪ੍ਰੋਬਲਮ ਨਹੀਂ ਆਉਂਦੀ ਜਿਹੜੇ ਜ਼ਿਆਦਾ ਪ੍ਰਾਣੀ ਗੈਸ ਦੇ ਪੇਸ਼ੈਂਟ ਹੁੰਦੇ ਆ ਉਹਨਾਂ ਨੂੰ ਦਿਮਾਗੀ ਪਰੇਸ਼ਾਨੀ ਵੀ ਚੱਲਣੀ ਪੈਂਦੀ ਹੈ ਕਿਉਂਕਿ ਉਹ ਜਿਹੜੀ ਗੈਸ ਹੈ ਅਯੁਰਵੇਦ ਵਿਧੀ ਦੇ ਵਿੱਚ ਬਾਤ ਪਿਤ ਕਫ ਨੂੰ ਚੰਗੀ ਤਰ੍ਹਾਂ ਜਾਣਦੇ ਆ ਜਦੋਂ ਇਹ ਵਾਈ ਵੱਜ ਜਾਂਦੀ ਹੈ ਬਾਤ ਵੱਜ ਜਾਂਦੀ ਆ ਤੇ ਉਹਦੇ ਨਾਲ ਦਿਮਾਗ ਦੇ ਵਿੱਚ ਜਿਹੜੀਆਂ ਬਰੀਕ ਨਾੜਾਂ ਨੂੰ ਉਹ ਪ੍ਰਭਾਵਿਤ ਕਰਦੀ ਹੈ ਤੇ ਪੇਸ਼ੈਂਟ ਸੌਣੋਂ हट ਜਾਂਦਾ ਜਿਹਨੂੰ ਮਾਈਗਰੇਨ ਚੜਚੜਾਪਣ ਦੀ ਦਿਨਾਵਣੀ ਕਿਹਾ ਜਾਂਦਾ ਅਸੀਂ ਇਸ ਤਰ੍ਹਾਂ ਦੇ ਸਾਰੇ ਹੀ ਪ੍ਰੋਡਕਟ ਇੱਕ ਤੋਂ ਇੱਕ ਨਾਲ ਜੁੜੇ ਹੋਏ ਕਾਫੀ ਅਸੀਂ ਰਿਸਰਚ ਕਰਕੇ ਬਣਾਏ ਆ ਅਸੀਂ ਥਰਡ ਪਾਰਟੀ ਪ੍ਰੋਡਕਸ਼ਨ ਕਰਾਉਂਦੇ ਆ ਰਾਜਸਥਾਨ ਤੋਂ ਵਧੀਆ ਕੁਆਲਟੀ ਦੇ ਪ੍ਰੋਡਕਟ ਲੈ ਕੇ ਉਹਨਾਂ ਦੀ ਮੈਨੂਫੈਕਚਰਿੰਗ ਕਰਾਉਂਦੇ ਆ ਤੇ ਗਵਰਨਮੈਂਟ ਦੇ ਦਿੱਤੇ ਹੋਏ ਲਾਅ ਮੁਤਾਬਕ ਅਸੀਂ ਵੇਚ ਰਹੇ ਹਾਂ ਜੀ ਕਰ ਰਹੇ ਹਾਂ ਜੀ ਜੇ ਅਸੀਂ ਗੱਲ ਕਰ ਲਈਏ ਤੁਸੀਂ ਸ਼ੂਗਰ ਦੀ ਗੱਲ ਕਰ ਲਈਏ ਸੀ ਅੱਜ ਕੱਲ ਬਹੁਤ ਜ਼ਿਆਦਾ ਕਿਸੇ ਵੀ ਬੰਦੇ ਦੀ ਗੱਲ ਕਰ ਲਈਏ ਸ਼ੂਗਰ ਦਾ ਪੇਸ਼ੈਂਟ ਤਾਂ ਹਰੇ ਘਰ ਦੇ ਵਿੱਚ ਇੱਕ ਹੈਗਾ ਜੀ ਸ਼ੂਗਰ ਦੇ ਲਈ ਤੁਹਾਡਾ ਕਿਹੜਾ ਪ੍ਰੋਡਕਟ ਆ ਜਿਹੜਾ ਲਾਹੇਵੰਦ ਹੁੰਦਾ ਅਮਰੀਕਾ ਲਈਏ ਸ਼ੂਗਰ ਦੇ ਲਈ ਸਾਡਾ ਇਹ ਡੈਬੋ ਕੇਅਰ ਪ੍ਰੋਡਕਟ ਆ ਜੀ ਹੂੰ 30 ਗੋਲੀਆਂ ਦੀ ਪੈਕਿੰਗ ਦੇ ਵਿੱਚ ਆ ਰਿਹਾ ਇਹ ਪ੍ਰੋਡਕਟ ਤੇ ਇਹਦੀ ਕੀਮਤ ਵੀ ਜਾਨੀ ਬਹੁਤ ਘੱਟ ਰੱਖੀ ਹੋਈ ਆ ਸਿਰਫ 150 ਰੁਪਏ ਜਿਹੜੀ ਐਮ ਆਰ ਪੀ ਚ ਲੱਗਦੀ ਆ ਰਿਹਾ ਇਹ ਤੇ 3 ਸਾਲ ਦੀ ਵੈਲਿਡਿਟੀ ਹੁੰਦੀ ਆ ਖਰਾਬ ਨਹੀਂ ਹੁੰਦਾ ਇਦੇ ਨਾਲ ਮੇਰੇ ਕੋਲੇ ਇਹ ਜੇ ਪੇਸ਼ੈਂਟ ਹੈ ਮੈਂ ਡਾਕਟਰ ਦੇ ਲਈ ਇੱਕ ਗਰੁੱਪ ਸ਼ੁਰੂ ਕਰਿਆ ਹੋਇਆ ਜੀ WhatsApp ਤੇ ਜਿਹੜੇ ਡਾਕਟਰ ਸਾਡੇ ਨਾਲ 500 ਡਾਕਟਰ ਕੋਲੇ ਸਾਡਾ ਮਾਲ ਜਾਂਦਾ ਉਹਨਾਂ ਦੇ ਲਈ ਅਸੀਂ ਇੱਕ ਗਰੁੱਪ ਸ਼ੁਰੂ ਕਰਿਆ ਉਹਦੇ ਵਿੱਚ ਜਿਵੇਂ ਜਿਵੇਂ ਸਾਡੇ ਐਕਸਪੀਰੀਅੰਸ ਹੋਈ ਜਾਂਦੇ ਆ ਪੇਸ਼ੈਂਟ ਠੀਕ ਹੋਈ ਜਾਂਦੇ ਉਹ ਅਸੀਂ ਉਹਦੇ ਵਿੱਚ ਦੂਜੇ ਡਾਕਟਰ ਨਾਲ ਸ਼ੇਅਰ ਕਰਦੇ ਆ ਪਿੱਛੇ ਜੇ ਅਸੀਂ ਇਨਸੂਲਿਨ ਤੱਕ ਵੀ ਸਾਡੇ ਪ੍ਰੋਡਕਟ ਨਾਲ ਬੰਦ ਹੋ ਗਈ तकरीबन 27 ਜੂਨ ਇਨਸੂਲਿਨ ਲੱਗਦੀ ਸੀ ਜਿਗਰਾਉ ਕੋਲੇ ਪੈਨਸਵੱਦੀ ਖੁਰਦ ਜੀ ਹੈਗਾ ਤੇ ਉਹ ਇਨਸਪੈਕਟਰ ਦੀ ਵਾਈਫ ਆ ਉਹਨਾਂ ਦੇ ਬਹੁਤ ਖੁਸ਼ ਆ ਉਹ ਵਧੀਆ ਲਾਈਫ ਚੱਲ ਰਹੀ ਆ ਤੇ ਉਹਨਾਂ ਦੇ ਜਿਹੜੇ ਆ ਪ੍ਰੋਡਕਟ ਸਾਡਾ ਯੂਜ਼ ਕਰ ਰਹੇ ਆ ਉਹਨਾਂ ਨੂੰ ਅਸੀਂ ਇੱਕ ਇਹ ਤੇ ਇੱਕ ਅਸੀਂ ਇਮਿਊਨਿਟੀ ਵਾਸਤੇ ਦਿੱਤਾ ਸੀ ਦੋ ਪ੍ਰੋਡਕਟ ਦਿੱਤੇ ਸੀ ਅੱਛਾ ਕਿਉਂਕਿ ਕਮਜ਼ੋਰੀ ਆ ਜਾਂਦੀ ਆ ਉਹ ਪੇਸ਼ੈਂਟ ਨੂੰ ਸ਼ੂਗਰ ਵਾਲੇ ਬੰਦੇ ਨੂੰ ਇਹਦੇ ਵਿੱਚ ਨਿੰਮ ਵੀ ਹੁੰਦੀ ਆ ਇਨਫੈਕਸ਼ਨ ਵਗੈਰਾ ਨਹੀਂ ਰਹਿਣ ਦਿੰਦਾ ਸ਼ੂਗਰ ਦੇ ਪੇਸ਼ੈਂਟ ਨੂੰ ਪਿਸ਼ਾਬ ਚ ਇਨਫੈਕਸ਼ਨ ਆ ਜਾਂਦੀ ਆ ਸ਼ੂਗਰ ਵੀ ਇੱਕ ਪਿਤ ਰੋਗ ਨਾਲ ਹੀ ਸ਼ੁਰੂ ਹੁੰਦਾ ਪਿਤ ਮਤਲਬ ਗਰਮੀ ਦਾ ਮਿੱਤੇ ਦੀ ਗਰਮੀ ਪ੍ਰਾਣੀ ਰਹੀ ਹੁੰਦੀ ਆ ਤੇ ਉਹ ਸਾਡੀ ਪੈਨ ਕਰਿਆਜ ਨੂੰ ਹੌਲੀ ਹੌਲੀ ਖਰਾਬ ਕਰ ਦਿੰਦੀ ਆ ਤੇ ਵਰਕਆਊਟ ਘੱਟ ਕਰਨ ਲੱਗ ਜਾਂਦੇ ਜੀ ਹੋਰ ਦੂਜੀਆਂ ਅਧਨਿਕ ਦਵਾਈਆਂ ਦੇ ਮੁਕਾਬਲੇ ਇਹ ਜ਼ਿਆਦਾ ਫੈਕਟਿਵ ਕਿਉਂ ਆ ਇਹ ਦੁਬਾਰਾ ਪੈਨ ਕਰਿਆਜ ਨੂੰ ਜਿਹੜੇ ਸੈੱਲ ਮਰੇ ਹੋਏ ਉਹਨਾਂ ਨੂੰ ਠੀਕ ਕਰਨ ਦੀ ਸ਼ਮਤਾ ਰ ਜੀ ਜਿਹਦੇ ਵਿੱਚ ਕਿ ਤਕਰੀਬਨ 80% ਰਿਜ਼ਲਟ ਵਧੀਆ ਆ ਰਹੇ ਹੂੰ ਉਹਦੇ ਤੇ ਡਿਪੈਂਡ ਕਰਦਾ ਵੀ ਜੇ ਪੇਸ਼ੈਂਟ ਕਲੀਅਰਲੀ ਖਾਂਦਾ ਹੈ ਕਿ ਨਹੀਂ ਪੇਸ਼ੈਂਟ ਵੀ ਸੀਰੀਅਸ ਆ ਆਪਣੇ ਲਈ ਆਪਦੀ ਬਿਮਾਰੀ ਦੇ ਲਈ ਜੀ ਤਾਂ ਉਹਦੇ ਵਿੱਚ ਜੇ ਪੇਸ਼ੈਂਟ ਡਾਕਟਰ ਦਾ ਸਾਥ ਦਿੰਦਾ ਤਾਂ 100% ਰਿਜ਼ਲਟ ਦੇ ਚਾਂਸ ਬਣ ਜਾਂਦੇ ਹੂੰ ਜੀ ਸੋ ਤੁਸੀਂ ਇਹ ਸ਼ੂਗਰ ਦਾ ਸਾਨੂੰ ਦੱਸਿਆ ਕਿ ਇਹਦੀ ਜਿਹੜੀ ਕੀਮਤ ਵੀ ਬੜੀ ਘੱਟ ਹੈਗੀ ਆ ਹਾਂਜੀ ਔਰ ਇਹਦੇ ਨਾਲ ਕੋਈ ਸਾਈਡ ਇਫੈਕਟ ਸਾਈਡ ਇਫੈਕਟ ਨਹੀਂ ਹਰ ਇੱਕ ਦੇ ਜਾਨੀ ਗਰੀਬ ਤੋਂ ਗਰੀਬ ਪਰਿਵਾਰ ਲੈ ਸਕਦਾ ਜੀ ਮਤਲਬ ਕਹਿੰਦਾ ਭਾਵ ਕਿ ਆਯੁਰਵੈਦਿਕ ਦੇ ਵਿੱਚ ਤਾਂ ਸਾਈਡ ਇਫੈਕਟ ਵੈਸੇ ਵੀ ਨਹੀਂ ਹੁੰਦਾ ਕਿਉਂਕਿ ਇਹ ਕੁਦਰਤੀ ਤਰੀਕੇ ਨਾਲ ਜਿਹੜੀਆਂ ਬਣਾਈ ਜਾਂਦੀਆਂ ਦਵਾਈਆਂ ਅੱਗੇ ਜੇ ਅਸੀਂ ਗੱਲ ਕਰੀਏ ਹਾਰਟ ਐਟੈਕ ਜਿਹੜਾ ਬੜਾ ਲੋਕਾਂ ਨੂੰ ਹੋ ਰਿਹਾ ਕਿਹੜੇ ਕਾਰਨ ਹੁੰਦਾ ਇਹਦੇ ਰੇਟ ਤੁਹਾਡਾ ਜਿਹੜਾ ਆਯੁਰਵੈਦਿਕ ਢੰਗ ਦੇ ਨਾਲ ਕਿਵੇਂ ਇਲਾਜ ਕਰਦੇ ਹੋ ਤੁਸੀਂ ਇਹ ਵੀ ਜਰੂਰ ਦੱਸਣਾ ਜੀ ਜਿਹੜਾ ਹਾਰਟ ਦੀ ਪ੍ਰੋਬਲਮ ਹੈ ਇਹ ਤਿਆਬ ਤੋਂ ਸ਼ੁਰੂ ਹੁੰਦੀ ਹੈ ਜੀ ਜਿਹੜਾ ਕਿ ਹੁਣ ਦੇਖੋ ਜੀ ਅਸੀਂ ਇਹ ਵੀ ਕਹਿ ਸਕਦੇ ਆਂ ਵੈਸੇ ਝਕਣ ਦੀ ਲੋੜ ਨਹੀਂ ਜੇ ਬੋਲਿਆ ਜਾਵੇ ਸੱਚ ਚੰਗਾ ਹੁੰਦਾ ਤੇ ਜਿਹੜਾ ਹੈਗਾ ਜਿਹੜਾ ਹੁਣ ਅਧਨੁਕ ਤਰੀਕੇ ਦੇ ਵਿੱਚ ਡਾਕਟਰ ਹਾਰਟ ਦੇ ਪਿੱਛੇ ਬਹੁਤ ਜ਼ਿਆਦਾ ਬਿਜ਼ਨਸ ਹੋ ਰਿਹਾ ਸਾਡੇ ਦੇਸ਼ 'ਚ ਹੂੰ ਤੇ ਸਾਡੇ ਦੇਸ਼ ਦੇ ਵਿੱਚ ਇਹਦਾ ਬਹੁਤ ਸਚਜੇ ਢੰਗ ਨਾਲ ਆ ਜਾ ਲਾ ਲਾ ਹੂੰ ਇਹਦੇ ਵਿੱਚ ਜਿਵੇਂ ਇਸ ਪ੍ਰੋਡਕਟ ਦੇ ਵਿੱਚ ਸਾਡੇ ਕੋਲੇ ਅਰਜਣ ਛਾਲ ਹੀ ਪੈਂਦੀ ਹੈ। ਦਾਲ ਚੀਨੀ ਪੈਂਦੀ ਹੈ। ਸਾਡੇ ਦੇਸ਼ ਦੀਆਂ ਨਾਰਮਲ ਸੜਕਾਂ ਤੇ ਖੜੇ ਦਰਖਤ। ਹੂੰ ਕਿ ਅਰਜਣ ਛਾਲ ਤੁਸੀਂ ਬਰਨਾਲੇ ਨੂੰ ਉਠਜੋ, ਜਲੰਧਰ ਨੂੰ ਉਠਜੋ, ਹਰੇਕ ਰੋੜ ਤੇ ਤੁਹਾਨੂੰ ਅਰਜਣ ਛਾਲ ਮਿਲ ਜੂ। ਹੁਣ ਇੰਨੇ ਨੇੜੇ ਹੋਣ ਦੇ ਬਾਵਜੂਦ ਵੀ ਸਾਨੂੰ ਇੰਨੇ ਮਹਿੰਗੇ ਇਲਾਜ ਕਰਾਉਣੇ ਪੈ ਰਹੇ ਆ। ਬਿਲਕੁਲ। ਕਿਉਂਕਿ ਅਸੀਂ ਵਿਸ਼ਵਾਸ ਕਰਨੋਂ ਹਟ ਗਏ। ਸਾਨੂੰ ਭਰੋਸਾ ਨਹੀਂ ਆਉਂਦਾ। ਹੂੰ ਹੂੰ ਹੂੰ। ਅਸੀਂ ਤਰੰਤ ਇਲਾਜ ਨੂੰ ਪ੍ਰੈਫਰੈਂਸ ਦਿੰਨੇ ਆ। ਬਿਲਕੁਲ ਜੀ ਜਿਵੇਂ ਪਰ ਜਦੋਂ ਸਾਡੀ ਸ਼ੁਰੂਆਤ ਪ੍ਰੋਬਲਮ ਹੁੰਦੀ ਹੈ ਬੰਦਾ ਕਹਿੰਦਾ ਮੇਰਾ ਥੋੜਾ ਹੀ ਕੋਲੇਸਟ੍ਰੋਲ ਜ਼ਿਆਦਾ ਹੈ ਹੂੰ ਉਹਨੂੰ ਹਲਕੇ ਚ ਨਾ ਲਓ ਉਦੋਂ ਅਯੁਰਵੈਦਿਕ ਪ੍ਰੋਡਕਟ ਲੈਣਾ ਸ਼ੁਰੂ ਕਰ ਦਿਓ ਹੂੰ ਸਾਡੀ ਜਿਹੜੀ ਆ ਕੋਲੇਸਟ੍ਰੋਲ ਟਾਈਮ ਤੇ ਕੰਟਰੋਲ ਹੋ ਜਾਂਦਾ ਤੇ ਉਹ ਸਾਡੀ ਹਾਰਟ ਦੀ ਬਲੋਕੇਜ ਬਣ ਨਹੀਂ ਦਿੰਦਾ ਜੀ ਤੇ ਇਹ ਪ੍ਰੋਡਕਟ ਜਿਹੜੇ ਹੈਗੇ ਲਗਾਤਾਰ ਲੈ ਜਾ ਸਕਦੇ ਕਿਉਂਕਿ ਤੇ ਅਰਜਣ ਛਾਲ ਦਾਲਚੀਨੀ ਕਾਲੀ ਮਿਰਚ ਹਿੰਗ ਸੌਂਫ ਜੀਰਾ ਇਹ ਚੀਜ਼ਾਂ ਹੁੰਦੀਆਂ ਹੂੰ ਇਹਨਾਂ ਸਾਡੇ ਹਾਜਮੇ ਨੂੰ ਵੀ ਸਹੀ ਰੱਖਦੀਆਂ ਤੇ ਸਾਡੇ ਅੰਦਰ ਗੰਦੀ ਜਿਹੜੀ ਚਰਬੀ ਪੈਦਾ ਨਹੀਂ ਹੁੰਦੀ ਜੀ ਇੱਕ ਜਿਹੜਾ ਆਧੁਨਿਕ ਡਾਕਟਰਾਂ ਨੇ ਹੁਣ ਘੋ ਦੀ ਬੰਦ ਕਰਨ ਦੀ ਪ੍ਰਕਿਰਿਆ ਚਲਾਈ ਵੀ ਦੇਸੀ ਕਿਉਂ ਹਾਰਟ ਲਈ ਕਦੇ ਵੀ ਨੁਕਸਾਨਦਾ ਇੱਕ ਨਹੀਂ ਹੈਗਾ ਉਹਦਾ ਸਭ ਤੋਂ ਵੱਡਾ ਰੀਜਨ ਜਿਹੜਾ ਹੈਗਾ ਕੋਲੇਸਟ੍ਰੋਲ ਵੱਧਾ ਸਾਡੇ ਸਰੀਰ ਦੇ ਵਿੱਚ ਉਹ ਗੰਦਾ ਕੋਲੇਸਟ੍ਰੋਲ ਵੱਧਾ ਉਹ ਤੰਗ ਕਰਦਾ ਸਾਨੂੰ ਦੱਸਿਆ ਹੀ ਨਹੀਂ ਜਾਂਦਾ ਤੁਹਾਨੂੰ ਹਾਰਟ ਪ੍ਰੋਬਲਮ ਆ ਜੀ ਜਲਦੀ ਆਓ অপারেশন ਕਰਾਓ ਹਣਾ ਜੋ ਵੀ ਹੈ ਅਸੀਂ ਜੇ ਉਹਨੂੰ ਪਹਿਲੇ ਸੱਜੇ ਢੰਗ ਨਾਲ ਲਿਆ ਹੋਵੇ ਸਾਡਾ ਖਾਣਾ ਵੀ ਸਹੀ ਹੋਵੇ ਦੇਸੀ ਕੇ ਉਤਜਾਵ ਨਹੀਂ ਵਧਣ ਦਿੰਦਾ ਜੀ ਸਾਡੇ ਅੰਦਰ ਗੰਦਾ ਕੋਲੇਸਟਰੋਲ ਵਧਿਆ ਜਿਹੜਾ ਦੇਸੀ ਕੇ ਵਾ ਚੰਗਾ ਕੋਲੇਸਟਰੋਲ ਹੈ ਚੰਗਾ ਕੇ ਚੰਗੀ ਚਰਬੀ ਹੈ ਚੰਗੀ ਚਰਬੀ ਚੰਗੀ ਚਰਬੀ ਦੀ ਘਾਟ ਹੋਣ ਕਰਕੇ ਤੇ ਸਾਡੇ ਜਿਹੜੀ ਆ ਬਲੌਕ ਜੇ ਬਣਦੀ ਹੈ ਤੇ ਜੇ ਆਪਾਂ ਖਾਣਾ ਵੀ ਸੁੱਧ ਖਾਈਏ ਤਜਾਬ ਨੂੰ ਕੰਟਰੋਲ ਰੱਖੀਏ ਤੇ ਨੀਮ ਹਕੀਮ ਖਤਰਾ ਜਾਣ ਜਿਹਨੂੰ ਕਹਿੰਦੇ ਆ ਸਾਨੂੰ ਬਹੁਤ ਯਾਨੀ ਕਹਿੰਦੇ ਆ ਲੋਕ ਵੀ ਤੁਸੀਂ ਕਿਉਂ ਨਹੀਂ ਵੀਡੀਓ ਪਾਉਂਦੇ ਕੋਈ ਨੱਟ ਤੇ ਬੜੇ ਡਾਕਟਰ ਵੀ ਕਹਿੰਦੇ ਆ ਸਾਡੇ ਰਿਸ਼ਤੇਦਾਰ ਸੱਜਣ ਮਿੱਤਰ ਵੀ ਤੁਹਾਡੇ ਕੋਲੇ ਇਲਾਜ ਆ ਇਹ ਨੀਮ ਹਕੀਮ ਖਤਰਾ ਜਾਨ ਹੋ ਜਾਂਦਾ ਹਮ ਜਿਹੜੇ ਪੇਸ਼ੈਂਟ ਨੂੰ ਮਿਹਦੇ ਦੇ ਵਿੱਚ ਆਲਰੇਡੀ ਗਰਮੀ ਆ ਉਹ ਨੈਟ ਤੋਂ ਪੜ ਕੇ ਤੱਤਾ ਪਾਣੀ ਪੀਣ ਲੱਗ ਗਿਆ ਜੀ ਬਿਲਕੁਲ ਉਹ ਅੱਗ ਤੇ ਤੇਲ ਪਾਉਣ ਵਾਲੀ ਗੱਲ ਬਿਲਕੁਲ ਜੀ ਉਹਨੇ ਪੀਣੀ ਸੀ ਕੱਚੀ ਲੱਸੀ ਹਮ ਹੁਣ ਅਸੀਂ ਨਬਜ਼ ਵੇਖਾਂਗੇ ਸਾਨੂੰ ਪਤਾ ਲੱਗ ਜਾਂਦਾ ਵੀ ਇਹਦੇ ਗਰਮੀ ਆ ਹਮ ਕਿ ਇਹਦੇ ਖੂਨ ਸੰਘਣਾ ਜੇ ਕੇ ਨੂੰ ਟਾਈਫਾਇਡ ਹੈ ਕੇ ਗਠੀ ਦਾ ਪੇਸ਼ੈਂਟ ਹੈ ਉਸ ਅਕੋਰਡਿੰਗ ਹੀ ਚੀਜ਼ ਖਾ ਸਕਦਾ ਹੁਣ ਅਸੀਂ ਨੈਟ ਤੇ ਪੜ੍ਹ ਲਏ ਨੇ ਜੀ ਆਪਣਾ ਲਸਣ ਖਾ ਲਓ ਬਹੁਤ ਚੰਗੀ ਦਵਾਈ ਹੈ ਇਹਦੇ ਵਿੱਚ ਵੀ ਪਿਆ 20mg ਲਸਣ ਹੁੰਦਾ ਉਹ ਇੰਨੀ ਥੋੜੀ ਮਾਤਰਾ ਚ ਪਾਉਣਾ ਕਿ ਕੋ ਗਰਮੀ ਨਾ ਵਧਾ ਦੇ ਹੁਣ ਉਹ ਦੁਨੀਆ ਜਿਹੜੀਆਂ ਲਸਣ ਦੀਆਂ ਤੁਰਗੀਆਂ ਚਬਣ ਲੱਗ ਗਈ ਉਹਦੇ ਨਾਲ ਮਿਹਦੇ ਦੀ ਗਰਮੀ ਹੋ ਗਈ ਉਲਟ ਸਾਈਡ ਇਫੈਕਟ ਹੋਣੇ ਸ਼ੁਰੂ ਹੋ ਗਏ ਕਹਿੰਦਾ ਭਾਵ ਕਿ ਗੁਰੂ ਬਣਾ ਗਿਆਨ ਨਹੀਂ ਹੈ ਨਾ ਤੇ ਜਿਹੜੇ ਕੰਮ ਦਾ ਸਾਨੂੰ ਪਤਾ ਹੋਵੇ ਅਸੀਂ ਉਹੀ ਕਰ ਸਕਦੇ ਇਹ ਇਹਦਾ ਮਤਲਬ ਇਹ ਨਹੀਂ ਜੇ ਨੈਟ ਤੇ ਅੱਜ ਕੱਲ੍ਹ ਵਾਇਰਲ ਹੋ ਰਹੀਆਂ ਜਾਂ ਲਿਖਤੀ ਪਾਈਆਂ ਜਾ ਰਹੀਆਂ ਵੀ ਅਸੀਂ ਜੇ ਲਸਣ ਖਾ ਲਈਏ ਜਾਂ ਅਸੀਂ ਅਦਰਕ ਜ਼ਿਆਦਾ ਖਾ ਲਈਏ ਹਨਾ ਇਦਾਂ ਦੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਅਸੀਂ ਉਹੀ ਵਰਤਨ ਲੱਗ ਜਾਂਦੇ ਆ ਉਹ ਹੋ ਉਲਟਾ ਜਾਂਦਾ ਕਿਉਂਕਿ ਅਸੀਂ ਲੋੜ ਤੋਂ ਵੱਧ ਜ਼ਿਆਦਾ ਲੈ ਲੈਂਦੇ ਹਾਂ ਉਹ ਕਰੋਨਾ ਕਾਲ ਦੇ ਵਿੱਚ ਵੀ ਇੱਕ ਮੈਂ ਸ਼ੇਅਰ ਕਰਨਾ ਚਾਹੁੰ ਤੁਹਾਡੇ ਨਾਲ ਗੱਲ ਜੀ ਵੀ ਕਰੋਨਾ ਕਾਲ ਦੇ ਵਿੱਚ ਇੰਨੀ ਪ੍ਰੋਬਲਮ ਆਈ ਕਿ ਕਿਹਾ ਗਿਆ ਗਵਰਨਮੈਂਟ ਨੇ ਵੀ ਕਿਹਾ ਕਿ ਗਲੋਬ ਪੀਓ ਜੀ ਇਹ ਦੀ ਜਾਨੀ ਕਿ ਗਵਰਨਮੈਂਟ ਨੇ ਪ੍ਰੈਫਰੈਂਸ ਦਿੱਤੀ ਹੈ ਕਿ ਪਰ ਜਰੂਰ ਵਰਤੋ ਜੀ ਗਲੋ ਵਟੀ ਸ਼ਾਂਸ਼ਮਨੀ ਵਟੀ ਇਹ ਗਲੋ ਦਾ ਘਣ ਤਿਆਰ ਕਰਿਆ ਹੁੰਦਾ ਹੈ ਜੀ ਸ਼ੁੱਧ ਗਲੋਤ ਬਣੀ ਹੁੰਦੀ ਹੈ ਹਮ ਹੁਣ ਆਪਣੇ ਦਰਖਤ ਵੀ ਅਵੇਲੇਬਲ ਆਵੇਲਾ ਵੀ ਗਲੋ ਦੀਆਂ ਵੇਲਾ ਗਲੋ ਦੀਆਂ ਆਮ ਹੀ ਦੇਖਦੇ ਦੁਨੀਆ ਨੇ ਗਲੋ ਆਮ ਹੀ ਪੀਣੀ ਸ਼ੁਰੂ ਕਰਤੀ ਹਮ ਉਹਦਾ ਹੁਣ ਸਾਨੂੰ ਰਿਜ਼ਲਟ ਦਿਖਦਾ ਹਮ ਇਸ ਵਾਰ ਇੰਨੀ ਲਿਵਰ ਚ ਗਰਮੀ ਆ ਲੋਕਾਂ ਦੇ ਹਮ ਲਿਵਰ ਦੀ ਦਵਾਈ ਸਾਡੀ ਮਈ ਚ ਸੀਜ਼ਨ ਆਉਂਦਾ ਹੁੰਦਾ ਗਰਮੀ ਪੈਣ ਹਮ ਲਿਵਰ ਸਾਰੀ ਸਰਦੀ ਵਿਕਣਾ ਨਹੀਂ ਬੰਦ ਹੋਇਆ ਇਸ ਵਾਰ ਲਿਵਰ ਦਾ ਪ੍ਰੋਡਕਟ ਜਿਹੜਾ ਸਾਡਾ ਇਹ ਆ ਰਿਹਾ ਇਹ ਅਸੀਂ ਕ ਲਿਵਰ ਦੇ ਵਾਜ ਦਿੰਨੇ ਆ ਪਰ ਇਹ ਲਿਵਰ ਤੇ ਸਾਰਾ ਸਿਆਲ ਚਲੀ ਗਿਆ ਸਰਦੀ ਚ ਲਿਵਰ ਦੀ ਬਹੁਤ ਘੱਟ ਸੇਲ ਹੁੰਦੀ ਹੈ ਕਿਉਂਕਿ ਮੌਸਮ ਠੰਡਾ ਹੋ ਜਾਂਦਾ ਠੰਡੀਆਂ ਚੀਜ਼ਾਂ ਖਾਣੀਆਂ ਸ਼ੁਰੂ ਕਰ ਦਿੰਦੇ ਆ ਲਿਵਰ ਚ ਗਰਮੀ ਪੈਂਦੀ ਨਹੀਂ ਗਰਮੀ ਚ ਲਿਵਰ ਦੀ ਪ੍ਰੋਬਲਮ ਆਉਣੀ ਸ਼ੁਰੂ ਹੁੰਦੀ ਆ ਪਰ ਗਲੋ ਖਾਣ ਨਾਲ ਜਿਆਦਾ ਲੰਮਾ ਟਾਈਮ ਅਦਰਕ ਖਾਣ ਨਾਲ ਜਿਵੇਂ ਆਪਾਂ ਦੇਖੀਗੇ ਨੈਟ ਤੇ ਤੇ ਉਹ ਖਾਣਾ ਕੀ ਸੀ ਉਹ ਕਦੇ ਕਦਾਈ ਖਾਣਾ ਸੀ ਕਿਉਂ ਆ ਪਗੜਾ ਬਿਮਾਰ ਸੀ ਲੋਕਾਂ ਨੇ ਡੇਲੀ ਉਹ ਡੇਲੀ ਰੂਟੀਨ ਚ ਇੰਨਾ ਜ਼ਿਆਦਾ ਯੂਜ਼ ਪਰ ਉਹ ਬਹੁਤ ਘੱਟ ਮਾਤਰਾ ਚ ਕਿਸੇ ਵਿਧੀ ਨਾਲ ਖਾਣਾ ਹੁੰਦਾ ਜੀ ਜੀ ਤੇ ਉਹਦਾ ਸਾਈਡ ਇਫੈਕਟ ਵਾ ਹੁਣ ਲੋਕਾਂ ਦੇ ਬਹੁਤ ਕਈਆਂ ਦੇ ਹੁਣ ਪੀਲੀਏ ਦੇ ਪੇਸ਼ੈਂਟ ਵੀ ਆ ਰਿਹਾ ਸਾਡੇ ਹਾਂਜੀ ਹਾਂਜੀ ਕਿਉਂਕਿ ਪੀਲੀਆ ਜਰਵਾਇਦੇ ਵਿੱਚ ਵਧੀਆ ਹਾਲਾ ਸਾਡੇ ਕੋਲੇ ਤਕਰੀਬਨ ਮਹੀਨੇ ਦੇ ਵਿੱਚ ਸਾਡਾ ਜਿਹੜਾ ਜੌਂਡਿਸ ਹਮ ਹੈਪਟਾਈਟਸ ਏ ਆ ਸੀ ਕਵਰ ਕਰ ਦਿੰਦੇ ਹਾਂ ਕਵਰ ਕਰ ਦਿੰਦੇ ਹਾਂ ਜਿਵੇਂ ਡਾਕਟਰ ਸਾਹਿਬ ਅੱਜਕੱਲ ਜਿਵੇਂ ਹੁਣ ਚੱਲ ਰਿਹਾ ਕਿ ਸੈੱਲ ਬੜੇ ਘੱਟ ਰਹਿੰਦੇ ਨੇ ਲੋਕਾਂ ਦੇ ਹਾਂਜੀ ਇਹਦੇ ਬਾਰੇ ਵੀ ਕੋਈ ਆਪਣੇ ਕੋਲ ਦਵਾਈ ਹੁੰਦੀ ਜਿਵੇਂ ਸੱਲਾਂ ਦਾ ਹੁਣ ਹਰੇਕ ਘਰ ਦੇ ਵਿੱਚ ਜਾ ਕੇ ਦੇਖ ਲਿਆ ਸੀ ਕੋਈ ਫੀਲਡ ਸਾਡਾ ਇਦਾਂ ਦਾ ਹਰੇਕ ਘਰ ਦੇ ਵਿੱਚ ਜਾਂਦੇ ਇੱਕ ਅੱਧਾ ਪੇਸ਼ੜਾ ਤਾਂ ਹੁੰਦਾ ਹੀ ਆ ਚਾਹੇ ਉਹ ਸੱਲ ਘਟ ਜਾਂਦੇ ਆ ਕਿਸੇ ਦੇ ਵੱਜ ਜਾਂਦੇ ਇਹਦੇ ਬਾਰੇ ਵੀ ਕੋਈ ਆਪਣਾ ਪ੍ਰੋਡਕਟ ਹੈ ਨਹੀਂ ਹਾਂਜੀ ਕਿਉਂਕਿ ਜੇ ਅਯੁਰਵੇਦ ਦੇ ਵਿੱਚ ਇਮਿਊਨਿਟੀ ਦਾ ਪ੍ਰੋਡਕਟ ਹੈ ਨਹੀਂ ਤਾਂ ਉਹ ਅਯੁਰਵੇਦੀ ਹੈ ਨਹੀਂ ਜੀ ਕਿਉਂਕਿ ਇਮਿਊਨਿਟੀ ਦਾ ਬੇਸ ਹਮ ਥੰਡਾਮੈਂਟਲੀ ਜਿਹੜਾ ਸਾਡਾ ਅਯੁਰਵੇਦ ਆ ਇਹ ਕਹਿੰਦਾ ਹੀ ਇਹ ਹੈ ਜੀ ਇਹਦੇ ਵਿੱਚ ਇਹ ਤੋਂ ਬਿਨਾ ਵੀ ਪ੍ਰਾਤਨ ਸਮੇਂ ਤੇ ਚਮਨ ਪ੍ਰਾਸ਼ਾਣਾ ਨੇ ਹੁੰਦੇ ਨੇ ਹਮ ਚਮਨਪਰਾ ਸਰਦੀ ਦੇ ਵਿੱਚ ਹਰੇਕ ਨੂੰ ਖਾਣਾ ਚਾਹੀਦਾ ਤੇ ਵਧੀਆ ਚੰਗੀ ਗੁਣਵੱਤਾ ਵਾਲਾ ਜਿਹਦੇ ਚੰਗੇ ਪ੍ਰੋਡਕਟ ਹੋਣ ਉਹ ਹੁਣ ਥੋੜੇ ਜੇ ਮਹਿੰਗੇ ਬਣਦੇ ਆ ਉਹ ਅਸੀਂ ਵੀ ਬਣਾਉਨੇ ਆ ਤੇ ਥੋੜਾ ਜੇ ਮਹਿੰਗਾ ਕੱਢਿਆ ਸੀ ਜਾ ਕੇ ਵਧੀਆ ਕੁਆਲਟੀ ਦਾ ਚਾਹੇ ਇੱਕ ਪੈਕ ਹੀ ਖਾ ਲੇ ਪਰ ਉਹ ਥੋੜਾ ਜਿਹੜਾ ਮਾਰਕੀਟ 'ਚ ਸਸਤੇ ਚੱਲਦੇ ਆ ਉਹਨੂੰ ਖਾਣ ਦੀ ਕੋਸ਼ਿਸ਼ ਬੰਦਾ ਕਰਦਾ ਵੀ ਚਲੋ ਸਸਤੀ ਚੀਜ਼ ਮਿਲ ਜੇ ਪਰ ਉਹਦੇ ਵਿੱਚ ਕਈ ਚੀਜ਼ਾਂ ਇਮਿਊਨਿਟੀ ਨੂੰ ਵਧਾਉਣ ਵਾਲੀਆਂ ਹਮ ਸ਼ਿਲਾਜੀਤ ਕੇਸਰ ਬ੍ਰਹਮੀ ਸ਼ੰਖ ਪੁਸ਼ਪੀ ਉਹਦੇ ਵਿੱਚ ਤਕਰੀਬਨ 50 ਤੋਂ 60 ਪ੍ਰੋਡਕਟ ਪੈਂਦੇ ਆ ਜੀ ਉਹ ਖਾਣਾ ਚਾਹੀਦਾ ਇਮਿਊਨਿਟੀ ਵਾਸਤੇ ਸਾਡੇ ਕੋਲੇ ਅਸੀਂ ਜੀ ਐਮ ਐਮ ਇਮਿਊਨ ਟੈਬਲੇਟ ਤੇ ਰਸ ਦੋ ਪ੍ਰੋਡਕਟ ਤਿਆਰ ਕਰੇ ਸੀ ਇਹ ਇਮਿਊਨਿਟੀ ਨੂੰ ਵਧਾਉਣ ਵਾਸਤੇ ਆ ਇਹ ਅਸੀਂ ਇਹ ਨਹੀਂ ਕਹਿੰਦੇ ਵੀ ਕਰੋਨਾ ਦੇ ਨਾਲ ਕਰੋਨਾ ਨੂੰ 네ਗੇਟਿਵ ਕਰਦਾ ਪੋਜ਼ਿਟਿਵ ਕਰਦਾ ਉਹਦੇ ਨਾਲ ਰਿਲੇਟ ਨਾ ਕਰਕੇ ਅਸੀਂ ਇਮਿਊਨਿਟੀ ਲਈ ਅਯੁਰਵੈਦ ਦੇ ਦੇ ਸਕਦੇ ਆ ਇਹਦੇ ਵਿੱਚ ਉਹੀ ਗਲੋ ਹਮ ਪਪੀਤਾ ਹਮ ਇਹ ਨਮ ਐਂਟੀਵਾਇਰਲ ਆ ਐਂਡ ਨਮ ਆਪਣਾ ਵੇਖੋ ਵੀ ਕਿੰਨਾ ਪ੍ਰਾਤਨ ਹੈਗਾ ਜੀ ਜੀ ਔਸ਼ਧੀ ਜਿਹੜੀ ਆ ਨਿੰਮ ਬਹੁਤ ਜ਼ਰੂਰੀ ਆ ਜੀ ਕਿਉਂਕਿ ਜਿਵੇਂ ਹੁਣ ਸੀਆਰਪੀ ਵਧ ਰਿਹਾ ਇਨਫੈਕਸ਼ਨ ਵਧ ਰਹੀ ਆ ਕਰੋਨਾ ਵਾਲੇ ਪੇਸ਼ੈਂਟਾਂ ਦੇ ਉੱਥੇ ਨਿੰਮ ਬੜਾ ਵਧੀਆ ਕੰਮ ਕਰਦੀ ਆ ਹਮ ਲੀਵਰ ਦੇ ਪ੍ਰੋਡਕਟ ਵੀ ਅਸੀਂ ਨਾਲ ਦਿੰਨੇ ਆ ਉਹ ਅਸੀਂ ਟੈਸਟ ਕਰਾ ਕੇ ਦੇਖਦੇ ਆ ਕਿ ਲੀਵਰ ਦੇ ਵਿੱਚ ਇਨਫੈਕਸ਼ਨ ਨਾਲ ਤਾਂ ਨਹੀਂ ਵਧ ਰਹੀ ਕਿਉਂਕਿ ਵਧ ਰਹੀ ਆ ਵਧ ਰਹੀ ਆ ਲੂਜ਼ ਮੋਸ਼ਨ ਵੀ ਲੱਗ ਰਿਹਾ ਪੇਸ਼ੈਂਟਾਂ ਨੂੰ ਕਈ ਤਰ੍ਹਾਂ ਦੀਆਂ ਯਾਨੀ ਹਰ ਇੱਕ ਪੇਸ਼ੈਂਟ ਦਾ ਨਵਾਂ ਹੀ ਸਿੰਪਟਮ ਆ ਰਿਹਾ ਹੁਣ ਤੇ ਅਸੀਂ ਅਯੁਰਵੇਦ ਨਾਲ ਹੀ ਕਵਰ ਕਰਦੇ ਆ ਅਸੀਂ ਐਲੋਪੈਥੀ ਦਾ ਪੈਰਾਸੀਟਾ ਮੋਲਦਾ ਸਾਰਾ ਵੀ ਨਹੀਂ ਲ ਉਹਦੇ ਵਿੱਚ ਵੀ ਅਸੀਂ ਗਲੋ ਵਰਤਦੇ ਹਾਂ ਉਹਦੇ ਲਈ ਇੱਕ ਬੁਖਾਰ ਵਾਸਤੇ ਵੀ ਸਾਡਾ ਇੱਕ ਫਲੂ ਤਬੀਕ ਨਾਂ ਦਾ ਪ੍ਰੋਡਕਟ ਆਉਂਦਾ ਸਿਰਫ ਬੁਖਾਰ ਕਿਸੇ ਵੀ ਤਰ੍ਹਾਂ ਦਾ ਟਾਈਫਾਇਡ ਤੋਂ ਲੈ ਕੇ ਡੇਂਗੂ ਚਿਕਨਗੂਨੀਆ ਦੇ ਵਿੱਚ ਵੀ ਇਹ ਵਧੀਆ ਰਿਜ਼ਲਟ ਦਿੰਦਾ ਕਿਉਂਕਿ ਇਹਦੇ ਨਾਲ ਜਿਹੜੀ ਆ ਬੁਖਾਰ ਤੇ ਰਿਲੇਟਡ 5 6 ਚੀਜ਼ਾਂ ਜਿਹੜੀਆਂ ਔਸ਼ਧੀਆਂ ਆਲਰੇਡੀ ਆ ਰਹੀਆਂ ਉਹਨਾਂ ਦਾ ਸੰਯੋਗ ਬਹੁਤ ਸੋਹਣਾ ਬਣਿਆ ਹੋਇਆ ਹੈ ਤੇ ਇਸ ਵਾਰ ਜਣੀ ਬਹੁਤ ਜ਼ਿਆਦਾ ਵਿਕਰੀ ਹੈ ਤਿੰਨ ਪ੍ਰੋਡਕਟਾਂ ਦੀ ਹੋਈ ਹੈ ਕਿਸੇ ਵੀ ਤਰ੍ਹਾਂ ਦਾ ਬੁਖਾਰ ਹੋ ਹਾਂਜੀ ਤੇ ਇਹ ਜ਼ਰੂਰ ਤੁਸੀਂ ਹੁਣ ਜਿਵੇਂ ਸੈੱਲ ਟੁੱਟਦੇ ਆ ਹੁਣ ਫਿਰ ਅਸੀਂ ਦੇਖਣਾ ਹੁੰਦਾ ਵੀ ਸੈੱਲ ਕਿਉਂ ਟੁੱਟੇ ਕਮਜ਼ੋਰੀ ਨਾਲ ਟੁੱਟਿਆ ਤਾਂ ਇਹ ਦੋ ਪ੍ਰੋਡਕਟ ਹੀ ਬਹੁਤ ਆ ਜੀ ਲਿਵਰ ਦੀ ਗਰਮੀ ਨਾਲ ਟੁੱਟਿਆ ਤਾਂ ਫਿਰ ਲਿਵਰ ਦੀ ਦਵਾਈ ਦੇਣੀ ਪੈਂਦੀ ਨਾਲ ਜੇ ਨਾਲ ਪਹਿਲਾਂ ਬੁਖਾਰ ਜਾਂ ਟਾਈਫਾਇਡ ਬਣ ਗਿਆ ਸੀ ਉਹਨੇ ਸੈੱਲ ਤੋੜਤੇ ਫਿਰ ਇਹ ਨਾਲ ਸੰਯੋਗ ਬਣ ਜਾਂਦਾ ਸਹਿਯੋਗ ਬੰਨ੍ਹਦੇ ਸਹਿਯੋਗ ਬੰਨ੍ਹਦੇ ਇਸ ਤਰੀਕੇ ਨਾਲ ਦਿੱਤੀਆਂ ਜਾਂਦੀਆਂ ਚੀਜ਼ਾਂ ਵੈਲਕਮ ਟੀ ਵੈਲਕਮ ਅਮੀਉਟੀ ਦੇ ਵਿੱਚ ਤਾਂ ਅਜਰਵਾਇਤ ਤੋਂ ਵਿੱਚ ਬਹੁਤ ਦੀ ਬੈਸਟ ਪ੍ਰੋਡਕਟ ਮਿਲਦੀ ਹੈ ਜੀ ਡਾਕਟਰ ਸਾਹਿਬ ਅੱਗੇ ਗੱਲ ਕਰ ਲਈਏ ਔਰਤਾਂ ਦੀ ਸਮੱਸਿਆ ਨੂੰ ਔਰਤਾਂ ਨੂੰ ਕਾਫੀ ਸਮੱਸਿਆਵਾਂ ਰਹਿੰਦੀਆਂ ਨੇ ਹਾਂਜੀ ਹਾਂਜੀ ਉਹਦੇ ਲਈ ਕੋਈ ਪ੍ਰੋਡਕਟ ਹੈ ਆਪਣੇ ਕੋਲੇ ਹਾਂਜੀ ਜੀ ਇਹਦੇ ਬਾਰੇ ਅਸੀਂ ਤਕਰੀਬਨ 3-4 ਪ੍ਰੋਡਕਟ ਆਉਂਦੇ ਆ ਹਮ ਇੱਕ ਤਾਂ ਸਾਡਾ ਇਹ ਆਪ ਦਾ ਕੰਬੀਨੇਸ਼ਨ ਹੈ ਹਮ ਜਿਹੜਾ ਸਾਡਾ ਕਿ ਹਮੇਸਲ ਹੈਲਥ케ਅਰ ਦਾ ਰਜਿਸਟਰਡ ਪ੍ਰੋਡਕਟ ਆ ਆਪ ਦਾ ਜੀ ਕਿਉਂਕਿ ਅਸੀਂ ਆਪ ਦਾ ਕੰਬੀਨੇਸ਼ਨ ਤਿਆਰ ਕੀਤਾ ਹੋਇਆ ਹੂੰ ਹੂੰ ਬਹੁਤ ਵਧੀਆ ਰਿਜ਼ਲਟ ਆ ਜਿਵੇਂ ਪੈਣਾ ਨੂੰ ਮਹਾਵਾਰੀ ਦੀ ਦਿੱਕਤ ਆ ਰਹੀ ਆ ਹੂੰ ਘਟ ਵੱਧ ਆ ਜਾਂਦੀ ਆ ਹੂੰ ਹੂੰ ਜਾਂ ਲਕੋਰੀਏ ਦੀ ਪ੍ਰੋਬਲਮ ਬਹੁਤ ਆ ਰਹੀ ਆ ਜਾਂ ਜੰਗਏ ਦੇ ਵਿੱਚ ਬੱਚਿਆਂ ਨੂੰ ਨਵੇਂ ਨਵੇਂ ਮੈਸੇਜ ਆਉਣੇ ਸ਼ੁਰੂ ਹੁੰਦੇ ਆ ਜੀ ਜੀ ਉੱਥੇ ਕਾਫੀ ਪੇਨਫੁਲ ਹੁੰਦੇ ਆ ਉੱਥੇ ਉੱਥੇ ਕੀ ਕਰਿਆ ਜਾਂਦਾ ਹੈ ਹੋਰ ਦਵਾਈਆਂ ਨਾਲ ਦਰਦ ਰੋਕੇ ਜਾਂਦੇ ਆ ਦਰਦ ਰੋਕਣਾ ਨਹੀਂ ਹੁੰਦਾ ਉਹਨੂੰ એનર્ਜੀ ਦੇਣੀ ਹੁੰਦੀ ਆ ਕਿਉਂਕਿ ਬੱਚੇ ਦਾ ਯੂਟਰਸ ਨਵਾਂ ਹਮ ਸ਼ੁਰੂ ਹੋਈਆ ਹੋਣੀ ਪ੍ਰਕਿਰਿਆ ਉਹਦੇ ਵਿੱਚ ਉਹ ਹਜੇ ਉਹਨੂੰ ਝੱਲਣ ਦੇ ਸਸ਼ਮ ਨਹੀਂ ਹਮ ਸੋਜ ਆ ਜਾਂਦੀ ਬੱਚਿਆਂ ਨੂੰ ਇੱਕ ਬੱਚਿਆਂ ਨੂੰ ਨੌਲੇ ਨਹੀਂ ਹੁੰਦੇ ਬੱਚੇ ਭੱਜ ਖੇਡ ਲੈਂਦੇ ਆ ਉਹ ਸਮੇਂ ਦੇ ਦੌਰਾਨ ਬੱਚਿਆਂ ਨੂੰ ਨੌਲੇ ਨਾ ਹੋਣ ਕਰਕੇ ਉਹਦੇ ਵਿੱਚ ਜਦੋਂ ਅਸੀਂ ਦਿੰਨੇ ਆ ਫਿਰ ਇਹ ਸਵੇਲਿੰਗ ਵੀ ਘਟਾਉਂਦੀ ਆ ਜੂਟਰਸ ਨੂੰ ਕਵਰ ਕਰਦੀ ਆ ਜੂਟਰ ਦੇ ਵਿੱਚ ਕੋਈ ਪ੍ਰਾਣੀ ਰੈਸ਼ ਆ ਇਹ ਡਿਲੇਡੀ ਦੇ ਵਿੱਚ ਉਹਦੇ ਪ੍ਰੈਗਨੈਂਸੀ ਨਹੀਂ ਹੋ ਰਹੀ ਉਹਦੇ ਜਿਹੜੇ ਮੈਂਸ ਜਿਆ ਖੁੱਲ ਕੇ ਆ ਜਾਣ ਤਾਂ ਲੇਡੀਜ਼ ਦਾ ਤਕਰੀਬਨ ਤੁਸੀਂ ਇਹ ਵੇਖੋ ਵੀ ਜੇ ਮੈਂਸੇਜ ਹੀ ਸਹੀ ਆ ਜਾ ਰਹੇ ਆ ਤਾਂ ਲੇਡੀਜ਼ ਬਹੁਤ ਸਰੀਰ ਸੌਖਾ ਹੋ ਜਾਂਦਾ ਉਹਨਾਂ ਦਾ ਸਿਹਤ ਬਹੁਤ ਹੈਲਥੀ ਰਹਿੰਦੀ ਆ ਉਹ ਰੁਕਣ ਦੇ ਨਾਲ ਦੇਖੋ ਵੀ ਜਿਹੜੀ ਸਰੀਰ ਚੋਂ ਗੰਦਗੀ ਬਾਹਰ ਨਿਕਲਣੀ ਹੁੰਦੀ ਆ ਉਹ ਰੁਕੀ ਖੜੀ ਹੁੰਦੀ ਆ ਕਿਸੇ ਤੇ ਉਹ ਰੋਗਾਂ ਦਾ ਹੋਰ ਵੀ ਕਾਰਨ ਬਣਦੀ ਆ ਯੂਟਰਸ ਫਾਈਬਰਡ ਬੱਚੇਦਾਨੇ ਚ ਗੰਢਾਂ ਬਣ ਜਾਣੀਆਂ ਹੋਰ ਉਹਨਾਂ ਦਾ ਟਰੀਟਮੈਂਟ ਵੀ ਜਾਣੀ ਹੋ ਜਾਂਦਾ ਉਹਦੇ ਨਾਲ ਫਿਰੇਦੇ ਸੀ ਇੱਕ ਅੱਧਾ ਹੋਰ ਪ੍ਰੋਡਕਟ ਲਾਉਨੇ ਹੂੰ ਕਹਿੰਦਾ ਕਿ ਮੇਨ ਜਿਹੜਾ ਇਹ ਆ ਜਿਹੜਾ ਇਹ ਦੋ ਪ੍ਰੋਡਕਟ ਅਸੀਂ ਦਿੰਨੇ ਆ ਇੱਕ ਜਿਹੜਾ ਪੁਰਾਣਾ ਪ੍ਰੋਡਕਟ ਆਉਂਦਾ ਸੁਪਾਰੀ ਪਾਕ ਜੀ ਇਹ ਗ੍ਰੰਥਾਂ ਦੀ ਜਿਹੜੀ ਰਚਨਾ ਹੈ ਪੁਰਾਣਿਆਂ ਦੀ ਉਹਦੇ ਵਿੱਚੋਂ ਲਿਆ ਆ ਗਿਆ ਜੋਗ ਹੁੰਦਾ ਇਹ ਜਾਨੀ ਲੇਡੀਜ਼ ਲਈ ਕੰਪਲੀਟ ਟੋਨਿਕ ਕਹਿ ਸਕਦੇ ਹਾਂ ਹੂੰ ਇਹ ਆਮ ਹਰ ਕੰਪਨੀ ਦਾ ਆਉਂਦਾ ਸਾਡਾ ਵੀ ਆਉਂਦਾ ਅਸੀਂ ਵੀ ਜਾਨੀ ਕਿ ਆਪਦੇ ਵੱਲੋਂ ਵਧੀਆ ਚੀਜ਼ ਦੇਣ ਦੀ ਕੋਸ਼ਿਸ਼ ਕਰਦੇ ਹਾਂ ਸਾਡਾ ਇਹ ਹੂੰ ਜਦੋਂ ਅਸੀਂ ਕੰਮ ਸ਼ੁਰੂ ਕਰਿਆ ਸੀ ਅਸੀਂ ਇਹ ਸੋਚ ਕੇ ਕਰਿਆ ਸੀ ਵੀ ਜੇ ਅਸੀਂ ਆਪਾਂ ਵੀ ਸਿੱਖੀ ਸਰੂਪ ਨਾਲ ਵੀ ਜੁੜੇ ਆਂ ਮਹਾਰਾ ਇਹਨਾਂ ਵੀ ਜੁੜੇ ਆਂ ਤਾਂ ਘੱਟੋ ਘੱਟ ਮਿਲਾਵਟ ਨਾ ਹੋਵੇ ਹੂੰ ਵਿਸ਼ਵਾਸ ਨਾਲ ਸਾਡੀ ਚੀਜ਼ ਖਰੀਦ ਸਕੇ ਤੇ ਉਹਦਾ ਜਾਨੀ ਅਸੀਂ ਕਾਫੀ ਇਹ ਚੀਜ਼ ਦੇ ਉੱਤੇ ਪਹਿਰਾ ਦਿੱਤਾ ਹੂੰ ਵਧੀਆ ਕੁਆਲਿਟੀ ਦੇ ਪ੍ਰੋਡਕਟ ਦਿੱਤੇ ਆ ਤੇ ਮਾਰਕੀਟ ਦੀ ਰੇਂਜ ਦੇਣ ਦੀ ਕੋਸ਼ਿਸ਼ ਕਰੀ ਆ ਹੂੰ ਤੇ ਕਿਉਂਕਿ ਪ੍ਰੋਡਕਟ ਮਾਰਕੀਟ ਨੂੰ ਜੇ ਮਹਿੰਗੇ ਦਿੰਦੇ ਆ ਫਿਰ ਵੀ ਚੀਜ਼ ਨਹੀਂ ਵਿਕਦੀ ਬਿਲਕੁਲ ਤੇ ਵਧੀਆ ਘੱਟ ਰੇਟਾਂ ਦੇ ਵਿੱਚ ਤੇ ਵਧੀਆ ਗੁਣਵੱਤਾ ਵਾਲੀ ਚੀਜ਼ ਦੇਣ ਦੀ ਕੋਸ਼ਿਸ਼ ਕਰਦੇ ਆ ਤੇ ਅਸੀਂ ਚਾਹੁੰਦੇ ਆ ਵੀ ਸਸੀਂ ਇਸ ਚੀਜ਼ ਨੂੰ ਬਰਕਰਾਰ ਰੱਖ ਸਕੀਏ ਮਹਾਰਾਜ ਮਿਹਰ ਕਰਨ ਜਰੂਰ ਜੀ ਬਿਲਕੁਲ ਜੀ ਦੁਆ ਦੇ ਨਾਲ ਦੁਆ ਬਹੁਤ ਜ਼ਰੂਰੀ ਆ ਜਿਵੇਂ ਤੁਸੀਂ ਦੱਸਿਆ ਕਿ ਗੁਰਸਿੱਖੀ ਦੇ ਨਾਲ ਤੁਸੀਂ ਹਨਾ ਸੰਬੰਧ ਤੋਂ ਤੇ ਇਹ ਬਹੁਤ ਵਜਾਇਆ ਤੁਸੀਂ ਜਿਹੜਾ ਪ੍ਰੋਡਕਟ ਦੱਸਿਆ ਕਿਉਂਕਿ ਸਾਡੀਆਂ ਮਾਤਾਵਾਂ ਪੈਣਾ ਤੇ ਸਾਡੀਆਂ ਹਨਾ ਬੱਚਿਆਂ ਨੂੰ ਇਹ ਸਮੱਸਿਆ ਜ਼ਿਆਦਾਤਰ ਬਹੁਤ ਰਹਿੰਦੀ ਆ ਬੱਚੇ ਦੰਦੀ ਦੇ ਵਿੱਚ ਜੇਕਰ ਕੋਈ ਪ੍ਰੋਬਲਮ ਤਾਂ ਉਹ ਜ਼ਿਆਦਾ ਅੱਗੇ ਗਾਂ ਵੱਡੀ ਬਿਮਾਰੀ ਦਾ ਜਿਹੜਾ ਰੂਪ ਧਾਰਨ ਕਰ ਸਕਦੀ ਹੈ ਸੋ ਅੱਗੇ ਅਸੀਂ ਗੱਲਬਾਤ ਕਰਾਂਗੇ ਥਾਇਰੋਇਡ ਦੀ ਉਹਦੇ ਬਾਰੇ ਵੀ ਜ਼ਰੂਰ ਜਾਣਕਾਰੀ ਲਵਾਂਗੇ ਅੱਜ ਅਸੀਂ ਆਪ ਘੱਟ ਬੋਲਣਾ ਤੇ ਡਾਕਟਰ ਸਾਹਿਬ ਤੋਂ ਜ਼ਿਆਦਾ ਬੋਲਣਾ ਕਿਉਂਕਿ ਤਾਂ ਜੋ ਤੁਹਾਨੂੰ ਜਿਹੜਾ ਇਹਨਾਂ ਤੋਂ ਕੋਈ ਲਾਹਾ ਹੋ ਸਕੇ ਅਸੀਂ ਇਹਨਾਂ ਦਾ ਇੱਕ ਨੰਬਰ ਵੀ ਦੇਵਾਂਗੇ ਜੇਕਰ ਤੁਹਾਨੂੰ ਕੋਈ ਪ੍ਰੋਡਕਟ ਜਾਂ ਕਿਸੇ ਵੀ ਤਰ੍ਹਾਂ ਦੀ ਤੁਸੀਂ ਕਿਸੇ ਵੀ ਬਿਮਾਰੀ ਦੇ ਪ੍ਰਤੀ ਸਲਾਹ ਲੈਣੀ ਆ ਤਾਂ ਉਹ ਨੰਬਰ ਤੁਹਾਨੂੰ ਜ਼ਰੂਰ ਦੇਵਾਂਗੇ ਤੁਸੀਂ ਗੱਲਬਾਤ ਵੀ ਕਰ ਸਕਦੇ ਹੋ ਡਾਕਟਰ ਸਾਹਿਬ ਥਾਇਰੋਇਡ ਦੀ ਬੜੀ ਸਮੱਸਿਆ ਅੱਜ ਕੱਲ ਜਿਹੜੀ ਹੈ ਇਹਦੇ ਬਾਰੇ ਵੀ ਜ਼ਰੂਰ ਜਾਣਕਾਰੀ ਥਾਇਰੋਇਡ ਤਾਂ ਜੀ ਹੁਣ 10 11 ਸਾਲ ਦੀਆਂ ਬੇਟੀਆਂ ਨੂੰ ਵੀ ਹੋਣਾ ਸ਼ੁਰੂ ਹੋ ਗਿਆ ਜੇ ਸਾਡੇ ਕੋਲੇ ਬੱਚਿਆਂ ਦੇ ਆਉਂਦੇ ਆ 15 14 ਸਾਲਾਂ ਦੀਆਂ ਕੁੜੀਆਂ ਨੂੰ ਤਾਂ ਆਮ ਪ੍ਰੋਬਲਮ ਹੋ ਗਈ ਹਮ ਇਹਦੇ ਨਾਲ weight ਵਧਣਾ ਜੀ weight ਘਟਣਾ ਦੋਨੇ ਤਰ੍ਹਾਂ ਦੇ ਇੱਕ ਹਾਈਪੋਥਾਇਰੋਇਡ ਹੁੰਦਾ ਇੱਕ ਹਾਈਪਰ ਜਿਹੜਾ ਹਾਈਪੋ ਆ ਉਹਦੇ ਨਾਲ weight ਵੱਧਦਾ ਤੇ ਹਾਈਪਰ ਨਾਲ ਘਟਦਾ ਜੀ ਇਹ ਸਾਡੇ ਗਲੇ ਦੇ ਵਿੱਚ ਇੱਥੇ ਗਲੈਂਡ ਹੁੰਦਾ ਜਿਹੜਾ ਕਿ ਸਾਡੇ ਸਰੀਰ ਨੂੰ ਅੱਗ-ਅਲਗ ਤਰ੍ਹਾਂ ਦੇ ਤੱਤ ਪ੍ਰੋਵਾਈਡ ਕਰਦਾ ਹਮ ਉਹ ਜਿਹੜੀ ਹੈ ਫਰਟੀਲਿਟੀ ਲਈ ਬਹੁਤ ਹੁੰਦੀ ਹੈ ਹਮ ਸਾਡੇ ਜਿਹੜੇ ਜਾਇਐਂਟਸ ਤੇ ਫੀਮੇਲ ਦੀ ਜਿਹੜੀ ਫਰਟੀਲਿਟੀ ਤੇ ਬਹੁਤ ਵਧੀਆ ਕੰਮ ਕਰਨਾ ਹੁੰਦਾ ਉਹਨਾਂ ਨੇ ਜਦੋਂ ਉਹਨਾਂ ਦੇ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਆ ਤਾਂ ਫਿਰ ਉਹਨਾਂ ਦੇ ਅੱਗੇ ਬੱਚੇ ਨਹੀਂ ਹੁੰਦੇ ਹਮ ਬੇਟੀਆਂ ਨੂੰ ਵੀ ਪ੍ਰੋਬਲਮ ਆਦੀ ਆ ਤੇ ਜੈਂਟਸ ਨੂੰ ਵੀ ਇਹ ਪ੍ਰੋਬਲਮ ਆ ਰਹੀ ਆ ਉਹਨਾਂ ਦੇ ਫਿਰ ਥਾਇਰੋਇਡ ਦੀ ਜਿਹੜੀ ਪ੍ਰੋਬਲਮ ਹੈ ਮੂਲ ਕਾਰਨ ਪਹਿਲਾਂ ਇੱਥੇ ਚੈੱਕ ਕਰਨਾ ਬਣਦਾ ਹੁੰਦਾ ਵੀ ਅਸੀਂ ਥਾਇਰੋਇਡ ਤਾਂ ਨਹੀਂ ਜੇ ਬੱਚੇ ਨੂੰ ਕੋਈ ਪ੍ਰੋਬਲਮ ਆ ਰਹੀ ਆ ਜੀ ਦੂਜੇ ਕਾਰਨਾਂ ਤੋਂ ਪਹਿਲਾਂ ਜੇ ਉੱਥੇ ਥਾਇਰੋਇਡ ਪੋਜ਼ਿਟਿਵ ਆ ਉਹਦੇ ਲਈ ਅਸੀਂ ਇੱਕ ਪ੍ਰੋਡਕਟ ਤਿਆਰ ਕਰਿਆ ਥਾਇਰੋਟਵਿਕ ਦੇ ਨਾਂ ਤੇ ਜੀ ਇਹ 300 ਰੁਪਏ ਦੀ ਰੇਂਜ ਦਾ ਪ੍ਰੋਡਕਟ ਹੈ ਜੀ ਤੇ 15 ਦਿਨ ਚੱਲ ਜਾਂਦਾ ਜੀ ਕਿੰਨੀਆਂ ਗੋਲੀਆਂ ਹੁੰਦੀਆਂ 30 ਗੋਲੀਆਂ ਹੁੰਦੀਆਂ ਤੇ ਯਾਨੀ ਇਹ ਪ੍ਰੋਡਕਟ ਬਹੁਤ ਜ਼ਿਆਦਾ ਚੱਲ ਰਿਹਾ ਹੈ ਇਹ ਤਕਰੀਬਨ 4 ਤੋਂ 6 ਮਹੀਨੇ ਰੈਗੂਲਰ ਲੈ ਕੇ ਹਮ ਸਾਰੀ ਦਵਾਈ ਬੰਦ ਹੋ ਜਾਂਦੀ ਹੈ ਜੀ ਛੇ ਕੋਈ ਕੇਸ ਅੜਦਾ ਫਿਰ ਉਹਦੇ ਵਿੱਚ ਅਜਰਵਾਇਦ ਦੇ ਵਿੱਚ ਬੜਾ ਕੁਝ ਹਮ ਦੂਜੀਆਂ ਪੈਥੀਆਂ ਦੇ ਵਿੱਚ ਤਾਂ ਇੱਕ ਚੀਜ਼ ਦੇ ਸਕਦੇ ਆ ਜਾਂ ਪੇਨ ਕਿਲਰ ਦੇ ਸਕਦੇ ਆ ਜਾਂ ਫਿਰ ਇਹ ਇਹਦੀ ਇਹਦੀ ਰੋਕਣ ਦੀ ਦਵਾਈ ਦੇ ਸਕਦੇ ਆ ਇਹ ਰੋਕਦੇ ਨਹੀਂ ਅਸੀਂ ਇਹਨੂੰ ਠੀਕ ਕਰਨ ਵਾਲੇ ਪਾਸ ਜਾਂਦੇ ਆ ਥਾਇਰੋਇਡ ਗਲੈਂਡ ਦੁਆਰਾ ਸਹੀ ਕੰਮ ਕਰ ਲੱਗੇ ਹੂੰ ਮੂਲ ਕਾਰਨ ਖਾਸ ਕਰਕੇ ਭੈਣਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਉਹ ਆਪ ਦਿੱਤੇ ਜਾ ਉਹਤੇ ਬਹੁਤ ਜ਼ਿਆਦਾ ਕੰਟਰੋਲ ਕਰਨ ਹੂੰ ਜੇ ਗਰਮੀ ਬਣਦੀ ਆ ਇਹ 5 ਤੋਂ 7 ਸਾਲ ਜਦੋਂ ਗਰਮੀ ਰਹਿ ਜਾਂਦੀ ਆ ਮਿਹਦੇ ਚ ਉਹ ਫਿਰ ਫੂਡ ਪਾਈਪ ਚ ਗਰਮੀ ਆ ਜਾਂਦੀ ਆ ਫਿਰ ਆਪਣੇ ਗਲ ਤੱਕ ਆ ਜਾਂਦੀ ਆ ਉਹ ਫਿਰ ਇਹਨੂੰ ਪ੍ਰਭਾਵਿਤ ਕਰਦੀ ਆ ਇਹ ਗਲੈਂਡ ਨੂੰ ਹੂੰ ਇਹ ਸੌਫਟ ਢੰਗ ਹੋਣਾ ਕਰਕੇ ਆਪਣਾ ਤੇ ਇਹ ਡਿਸਆਰਡਰ ਹੋ ਜਾਂਦਾ ਇਹ ਤੱਤ ਨਹੀਂ ਦੇਣ ਦਿੰਦਾ ਉਹਨੇ ਪ੍ਰੋਪਰ ਜਿੰਨੇ ਬਾਡੀ ਨੂੰ ਚਾਹੀਦੇ ਹੁੰਦੇ ਆ ਜਿਵੇਂ ਲੇਡੀ ਚੈਗ ਬਣਨਾ ਜੈਂਟਸ ਚੈਗ ਬਣਨਾ ਉਹਦੇ ਲਈ ਫਿਰ ਇਹ ਸਹੀ ਜੇ ਮਾਤਰਾ 'ਚ ਉਹਨੂੰ ਗੁਣਵੱਤਾ ਵਾਲੇ ਪ੍ਰੋਡਕਟ ਨਹੀਂ ਮਿਲਿਆ ਅੰਦਰੋਂ ਵਿਟਾਮਿਨ ਮਿਨਰਲ ਨਹੀਂ ਮਿਲ ਰਹੇ ਜੀ ਹਾਰਮੋਨ ਦੀ ਕਮੀ ਪੈ ਜਾਂਦੀ ਉਹਦੇ ਨਾਲ ਫਿਰ ਹਾਰਮੋਨ ਡਿਸਆਰਡਰ ਕਹਿੰਦੇ ਉਹਨੂੰ ਹਾਰਮੋਨ ਡਿਸਆਰਡਰ ਤਾਂ ਹੁੰਦਾ ਜਦੋਂ ਉਹ ਗਲੈਂਡ ਸਹੀ ਕੰਮ ਨਹੀਂ ਕਰਦਾ ਅਸੀਂ ਇਹ ਦਵਾਈ ਇਸ ਤਰੀਕੇ ਨਾਲ ਤਿਆਰ ਕਰੀਆ ਤਕਰੀਬਨ ਇਹ 2000 16 ਤੋਂ ਪ੍ਰੋਡਕਟ ਲਾਂਚ ਹੋ ਗਿਆ ਸੀ ਹੁਣ ਤੱਕ ਬਹੁਤ ਯਾਨੀ ਪੇਸ਼ੈਂਟ ਸਾਡੇ ਕੋਲੇ ਇਹ ਜਿਹੇ ਆ ਵੀ ਜਿਹੜੇ ਜੀ ਕਈ ਬੱਚੀਆਂ ਦੇ ਬੱਚੇ ਨਹੀਂ ਹੋ ਰਹੇ ਸੀ ਅਬੋਰਸ਼ਨ ਹੋ ਜਾਂਦਾ ਸੀ ਹੂੰ ਹੂੰ 2-4 ਮਹੀਨੇ ਬਾਅਦ ਬੱਚੇ ਦਾ ਅਬੋਰਟ ਹੋ ਜਾਂਦਾ ਸੀ ਜੀ ਉਹ ਹੁਣ ਕਈ ਬੱਚੇ ਇਹ ਜਿਹੇ ਆ ਵੀ ਕਵਰ ਹੋ ਗਏ ਉਹਨਾਂ ਦੇ ਅੱਜ ਬੱਚੇ ਵੀ ਆ ਇੱਥੋਂ ਸਾਨੂੰ ਖੁਸ਼ੀ ਵੀ ਮਿਲਦੀ ਆ ਵੀ ਚਲੋ ਮੈਡੀਸਨ ਵੀ ਬੰਦ ਆ ਦੇਖੋ ਉਹਨਾਂ ਦੀ ਉਹਨਾਂ ਦਾ ਬੱਚਾ ਵੀ ਹੋ ਗਿਆ ਮੈਡੀਸਨ ਵੀ ਬੰਦ ਆ ਉਹ ਸਾਡੇ ਕੋਲੇ ਉਹ ਰਿਗਾਰਡ ਸਾਨੂੰ ਕੀ ਦਿੰਦੇ ਆ ਸਾਡੇ ਕੋਲ ਬਹੁਤ ਪੇਸ਼ੈਂਟ ਭੇਜਦੇ ਆ ਲੀਟਰਲੀ ਉਹ ਕਹਿ ਕੇ ਪਹਿਲਾਂ ਉਹਨਾਂ ਨੇ ਫੋਨ ਲਾਉਣਾ ਵੀ ਮਿਰਜੀ ਤੁਹਾਡੇ ਕੋਲੇ ਪੇਸ਼ੈਂਟ ਭੇਜਣਾ ਸੀ ਸਾਡਾ ਆ ਰਿਸ਼ਤੇਦਾਰ ਆ ਸਾਡਾ ਭੈਣ ਭਰਾ ਬੜੀ ਦੂਰ ਤੱਕ ਉਹ ਜਾਨੀ ਮਾਊਥ ਐਡ ਹੋ ਰਹੀ ਆ ਸਾਡੀ ਅਸੀਂ ਕੋਈ ਟੀਵੀ ਤੇ ਐਡ ਨਹੀਂ ਹੁੰਦੀ ਸਾਡੀ ਸਾਡਾ ਹੋਰ ਕੋਈ ਨਹੀਂ ਤੇ ਅਸੀਂ ਜਾਨੀ ਜਿਆਦਾ ਤੋਂ ਜਿਆਦਾ ਪਿੰਡਾਂ ਦੇ ਵਿੱਚ ਪ੍ਰੋਡਕਟ ਪਹੁੰਚਾਉਣਾ ਸ਼ੁਰੂ ਕਰਦੇ ਆ ਕਿਉਂਕਿ ਪਿੰਡਾਂ ਦੇ ਵਿੱਚ ਜਿਹੜੇ ਪੇਸ਼ੈਂਟ ਪਿੰਡਾਂ ਤੋਂ ਸ਼ਹਿਰਾਂ ਤੇ ਆਉਣਾ ਹੁੰਦਾ ਪਿੰਡਾਂ 'ਚ ਪਹੁੰਚਾਉਣਾ ਸ਼ੁਰੂ ਕੀਤਾ ਤੇ ਸਸਤਾ ਪ੍ਰੋਡਕਟ ਹੈ ਤੇ ਹਰੇਕ ਦੇ ਵਾਜਬ 300 ਰੁਪਏ ਦਾ ਜਿਵੇਂ ਥਾਇਰੋਇਡ ਦਾ 15 ਦਿਨਾਂ ਦਾ ਪ੍ਰੋਡਕਟ ਹੈ ਤੇ ਇਹ ਕਿਸੇ ਦਾ 4 ਮਹੀਨੇ ਚ ਸਹੀ ਹੋ ਜੇ ਕਿਸੇ ਦਾ 5ਾਂ ਚ ਹੋ ਜੇ 6ਾਂ ਚ ਅਸੀਂ ਤਾਂ ਇਹ ਵੀ ਕਹਿੰਦੇ ਆ ਵੀ ਜੇ ਪ੍ਰੋਡਕਟ ਜਿਹੜੀ ਬਿਮਾਰੀ ਸਾਲਾਂ ਬੱਧੀ ਚੱਲਣੀ ਹੈ ਜੋ ਇੱਕ ਸਾਲ ਚ ਵੀ ਠੀਕ ਕਰ ਲਗੇ ਬਹੁਤ ਵੱਡੀ ਗੱਲ ਜੀ ਜਿਵੇਂ ਕਹਿੰਦੇ ਵੀ ਅਯੁਰਵੇਦ ਦਾ ਰਿਜ਼ਲਟ ਸਲੋ ਹੈ ਸਲੋ ਹੈ ਜੀ ਪਰ ਮੈਂ ਨਹੀਂ ਮੰਨਦਾ ਹਮ ਮੈਂ ਉਹ ਨਹੀਂ ਮੰਨਦਾ ਵੀ ਥਾਇਰੋਇਡ ਦੀ ਉਹ ਕਹਿੰਦੇ ਵੀ ਸਿਵਿਆਂ ਤੱਕ ਜਿਵੇਂ ਕਹਿੰਦੇ ਦਵਾਈ ਜਾਓ ਜਦੋਂ ਬੰਦੇ ਨੂੰ ਸ਼ੁਰੂ ਹੋ ਗਈ ਇਹ ਮੌਤ ਤੱਕ ਨਾਲ ਜਾਣੀ ਜੇ ਉਹ ਸਾਲ ਚ ਠੀਕ ਹੋ ਜਾਂਦੀ ਤਾਂ ਬਹੁਤ ਫਾਸਟ ਆ 10 10 ਚਾਦਰ ਬਹੁਤ ਫਾਸਟ ਆ ਤੇ ਬਹੁਤ ਗੁਣਵੱਤਾ ਵਾਲੀਆਂ ਜੀ ਇਹਦਾ ਸਾਈਡ ਇਫੈਕਟ ਨਹੀਂ ਇਹਦੇ ਉੱਤੇ ਲਿਖਿਆ ਮਿਲਿਆ ਹਰ ਇੱਕ ਡੱਬੀ ਦੇ ਉੱਤੇ ਤੁਹਾਨੂੰ ਨੋਰ ਸਾਈਡ ਇਫੈਕਟ ਹਾਂ ਬਿਲਕੁਲ ਤੇ ਅਜੂਸ਼ ਤੋਂ ਜਿਹੜੇ ਮਾਨਤਾ ਪੜਾ ਪੜਾ ਹਾਂਜੀ ਜੀ ਡਾਕਟਰ ਸਾਹਿਬ ਅੱਗੇ ਇੱਕ ਹੋਰ ਬਿਮਾਰੀ ਦੀ ਗੱਲ ਕਰ ਲਈਏ ਜੋ ਬਹੁਤ ਭਿਆਨਕ ਆ ਕਹਦੀ ਹੈ ਕਿ ਬ੍ਰੇਨ ਦੀ ਹਾਂਜੀ ਇਹ ਵੀ ਬਹੁਤ ਜ਼ਿਆਦਾ ਸਮੱਸਿਆ ਅੱਜ ਕੱਲ੍ਹ ਲੋਕਾਂ ਨੂੰ ਆ ਰਹੀ ਆ ਕੀ ਕਾਰਨ ਬਣਦਾ ਕਿਸ ਤਰ੍ਹਾਂ ਤੁਸੀਂ ਜਿਹੜਾ ਇਹ ਇਲਾਜ ਕਰਦੇ ਹੋ ਇਹਦੇ ਬਾਰੇ ਵੀ ਜ਼ਰੂਰ ਜਾਣਕਾਰੀ ਬ੍ਰੇਨ ਦੇ ਜਿਹੜੀ ਪ੍ਰੋਬਲਮ ਆਉਣ ਦੇ ਤਿੰਨ ਚਾਰ ਕਾਰਨ ਨੇ ਇੱਕ ਤਾਂ ਸਭ ਤੋਂ ਫੇਰ ਉੱਥੇ ਮੂਲ ਤੇ ਫੇਰ ਆ ਜਾਂਦਾ ਤਜਾਬ ਗੈਸ ਕਬਜ ਜੀ ਇਹ ਚੀਜ਼ਾਂ ਜਿਹੜੀਆਂ ਬ੍ਰੇਨ ਨੂੰ ਜਿਹੜੀ ਆ ਗੈਸ ਬਣ ਕੇ ਚੜ ਜਾਂਦੀ ਹੈ ਐਸਿਡਿਟੀ ਨਾਲ ਮੈਦਾ ਹਾਈਪਰ ਹੋ ਜਾਂਦਾ ਤਾਂ ਉਹਦੇ ਨਾਲ ਕੀ ਆ ਦਿਮਾਗੀ ਜਿਹੜੀ ਕਮਜ਼ੋਰੀ ਹੋ ਜਾਂਦੀ ਆ ਨਾੜਾਂ ਕਮਜ਼ੋਰ ਹੋ ਜਾਂਦੀਆਂ ਹੂੰ ਵੈਸੇ ਮਾਰਕੀਟ ਤਾਂ ਨੀਂਦ ਦੀ ਦਵਾਈ ਦਿੱਤੀ ਜਾ ਸਕਦੀ ਆ ਪਰ ਅਸੀਂ ਪ੍ਰੋਡਕਟ ਦੇਣਾ ਬ੍ਰਹਮੀ ਸੰਖ ਪੁਸ਼ਪੀ ਜੀ ਬ੍ਰੇਨ ਨੂੰ ਜਿਹੜੀਆਂ ਕਿ ਨਾੜਾਂ ਨੂੰ ਦੁਆਰਾ ਤਾਕਤ ਦਿੱਤੀ ਜਾ ਸਕੇ ਜਿਹੜੇ ਬੱਚੇ ਬੈੱਡ ਤੇ ਬਾਥਰੂਮ ਕਰ ਦਿੰਦੇ ਆ ਰਾਤ ਉਹ ਵੀ ਦਿਮਾਗੀ ਪਰੇਸ਼ਾਨੀ ਹੈ ਜੀ ਬੱਚੇ ਦਾ ਬ੍ਰੇਨ ਕਮਜ਼ੋਰ ਆ ਕੰਟਰੋਲ ਕਰਨ ਦੀ ਸਥਿਤੀ 'ਚ ਨਹੀਂ ਉਹਨੂੰ ਮੈਸੇਜ ਨਹੀਂ ਦਿੰਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਉਹਦਾ ਕਦੋਂ ਉਹਨੂੰ ਪਿਸ਼ਾਬ ਆ ਜਾਂਦਾ ਤੇ ਉਹਨੂੰ ਬੱਚੇ ਨੂੰ ਮਾਂ ਤੇ ਉਹਨੂੰ ਦੱਸਣ ਦਾ ਟਾਈਮ ਹੀ ਨਹੀਂ ਲੱਗਦਾ ਇਹ ਵੀ ਇੱਕ ਬ੍ਰੇਨ ਦੀ ਪ੍ਰੋਬਲਮ ਹੀ ਆ ਜੀ ਗੁੱਸਾ ਚੜਚਣਾ ਪਾਣਾ ਨੀਂਦ ਘੱਟ ਆਉਣੀ ਹੂੰ ਹੂੰ ਯਾਦਦਾਸ਼ਤ ਘਟਣੀ ਇਹ ਸਾਰੇ ਜਿਹੜੇ ਦਿਮਾਗ ਦੀਆਂ ਪ੍ਰੋਬਲਮਾਂ ਤੇ ਸਾਡੇ ਕੋਲੇ ਜਾਨੀ ਅਸੀਂ ਨਰਵਾਇਨ ਟੌਨਿਕ ਦੋ ਤਿਆਰ ਕਰਿਆ ਇੱਕ ਟੈਬਲੇਟ ਫਾਰਮ ਦੇ ਵਿੱਚ ਜੀ ਇੱਕ ਸ਼ਿਰਪ ਦੇ ਰੂਪ ਦੇ ਵਿੱਚ ਹੂੰ ਦੋ ਪ੍ਰੋਡਕਟ ਅਸੀਂ ਆ ਤਿਆਰ ਕਰਿਆ ਇੱਕ ਟੈਬਲੇਟ ਹੈ ਇੱਕ ਸ਼ਿਰਪ ਹੈ ਇਹ ਅਸੀਂ ਦੋਨੇ ਇਕੱਠੇ ਵੀ ਦੇ ਦਿੰਨੇ ਆ ਤੇ ਨਾਲ ਅਸੀਂ ਹੂੰ ਨਾਲ ਅਸੀਂ ਇਹਦੇ ਵਿੱਚ ਜਿਹੜੇ ਪੇਸ਼ੈਂਟਾਂ ਨੂੰ ਜ਼ਿਆਦਾ ਐਸਿਡਿਟੀ ਆ ਸੀ ਐਸਿਡਿਟੀ ਦਾ ਪ੍ਰੋਡਕਟ ਜ਼ਰੂਰ ਦਿੰਦੇ ਆ ਨਾਲ ਕਿਉਂਕਿ ਮੂਲ ਕਾਰਨ ਜੇ ਆਪਾਂ ਨਹੀਂ ਤੋੜਦੇ ਹਮ ਅਸੀਂ ਇਹ ਬਿਮਾਰੀ ਤੇ ਨਹੀਂ ਜਾਣਾ ਹੁੰਦਾ ਜੀ ਅਸੀਂ ਬਿਮਾਰੀ ਤੇ ਬੈਕ ਜਾਣਾ ਹੁੰਦਾ ਵੀ ਕਿੱਥੋਂ ਆਈ ਹੈ ਕਿੱਥੋਂ ਸ਼ੁਰੂ ਹੋਈ ਹੈ ਹਾਂਜੀ ਕੁਸਤਾ ਇਹਦਾ ਸਾਡਾ ਸਾਰਾ ਨਬਜ ਵੀ ਬਹੁਤ ਬਣਦੀ ਹੈ ਨਬਜ ਦੀ ਵਿਧੀ ਜਿਹੜੀ ਬਹੁਤ ਪ੍ਰਾਤਨ ਹੈ ਨਬਜ ਤੋਂ ਪਤਾ ਲੱਗ ਜਾਂਦਾ ਵੀ ਕਿਹੜਾ ਰੋਗ ਪੁਰਾਣਾ ਹੈ ਇਹਦੇ ਚ ਜੀ ਜੇ ਬੰਦਾ ਸਾਡੇ ਕੋਲੇ ਆਉਂਦਾ ਹੈ ਵੀ ਸਾਨੂੰ ਖੰਗ ਹੈ ਹਮ ਕਈ ਵਾਰੀ ਉਹਨੂੰ ਵੀ ਤਜਾਬ ਜ਼ਿਆਦਾ ਹੁੰਦਾ ਦੇਖੋ ਹਮ ਉਹ ਕੁਇਤਾਲ ਮੇਲੇ ਨਹੀਂ ਖੰਗਦਾ ਤੇਜਾਬ ਨਾਲ ਪਰ ਜਦੋਂ ਨਵਜ ਦੇਖਣੀ ਆ ਉਹ ਫਿਰ ਉਹਨੂੰ ਪੁੱਛੇ ਵੀ ਤੇਰਾ ਪੁਰਾਣਾ ਤੇਜਾਬ ਆ ਉਹ ਤੇਜਾਬ ਇੰਨਾ ਖਰਾਬ ਕਰਦਾ ਉਹਨੇ ਗਲਾ ਖਰਾਬ ਕਰਦਾ ਸਾਰਾ ਦਿਨ ਹੰਗੂਰੇ ਮਰੀ ਜਾਂਦਾ ਬਿਲਕੁਲ ਉਹਨੂੰ ਉਹ ਕਹਿੰਦਾ ਖੰਗ ਹੈ ਪਰ ਉਹਦੇ ਉਹ ਮਿਹਦੇ ਦੀ ਗਰਮੀ ਹੁੰਦੀ ਹਮ ਇਸ ਤਰ੍ਹਾਂ ਇੱਕ ਦੂਜੇ ਨਾਲ ਬਹੁਤ ਜੁੜੀਆਂ ਚੀਜ਼ਾਂ ਹੈ ਤੇ ਫਿਰ ਉਹਨਾਂ ਨੂੰ ਬੜੇ ਧਿਆਨ ਦੇ ਨਾਲ ਬਾਕੀ ਜਿੰਨੀ ਕੁ ਮਾਲਕ ਸੋਝੀ ਦੇਵੇ ਕਿਉਂਕਿ ਇੱਕ ਮਨੁੱਖ ਸਾਰਾ ਕੁਝ ਨਹੀਂ ਕਰ ਸਕਦਾ ਪਰ ਆਪਾਂ ਸਮਾਜ ਨੂੰ ਜੇ ਚੰਗੀ ਚੀਜ਼ ਦੇ ਸਕੀਏ ਹਮ ਤਾਂ ਇਸ ਚੀਜ਼ ਤੇ ਜ਼ਿਆਦਾ ਜ਼ੋਰ ਦਿੱਤਾ ਹਾਂ ਜੀ ਜੀ ਆਪਾਂ ਜਿਹੜਾ ਅੱਜ ਕੱਲ ਬਿਮਾਰੀ ਜਿਹੜੀ ਪਥਰੀ ਦੀ ਬੜੀ ਰਹਿੰਦੀ ਆ ਹਾਂ ਜੀ ਇਹਦੇ ਲਈ ਵੀ ਤੁਸੀਂ ਤੁਹਾਡਾ ਜਿਹੜਾ ਕੋਈ ਪ੍ਰੋਡਕਟ ਆਉਂਦਾ ਆਯੁਰਵੇਦਿਕ ਦੇ ਨਾਲ ਤੁਸੀਂ ਇਲਾਜ ਕੀਤਾ ਜਾਂਦਾ ਆਪਣਾ ਹਾਂ ਜੀ ਸਾਡੇ ਕੋਲੇ ਮੈਂ ਪੰਪਫਲਟ ਵੀ ਬਣਾ ਕੇ ਵੰਡਦਾ ਹੁੰਨਾ ਜੀ ਕਿਉਂਕਿ ਆਪਰੇਸ਼ਨ ਤੇ ਬਹੁਤ ਖਰਚਾ ਆ ਜਾਂਦਾ ਗਰੀਬ ਪਰਸਨ ਨਹੀਂ ਕਰਾ ਸਕਦੇ ਚਲੋ ਤਕੜਾ ਬੰਦਾ ਕਰਾ ਲੈਂਦਾ ਹੂੰ ਗਰੀਬ ਬੰਦੇ ਦਾ 1000 1500 2000 ਰੁਪਏ ਨਾਲ ਸਰ ਜਾਂਦਾ 3000 ਨਾਲ ਸਰ ਜੂਗਾ ਤੇ ਉਹਨੂੰ ਕਿਉਂਕਿ ਜਿਹੜਾ ਗਰੀਬ ਪਰਸਨ ਹੁੰਦਾ ਉਹਨੇ ਮਿਹਨਤ ਕਰਨੀ ਹੁੰਦੀ ਨਾਲ ਜੀ ਬਿਲਕੁਲ ਜੇ ਉਹ ਕੋਈ ਆਪਰੇਸ਼ਨ ਕਰਾਉਂਦਾ ਜਾਂ ਹੋਰ ਚੀਜ਼ ਕਰਾਉਂਦਾ ਉਹਨੂੰ ਫਿਰ ਉਹ ਵਿਚਾਰੇ ਨੂੰ ਮਿਹਨਤ ਕਰਨ ਯੋਗ ਆਬ ਨਹੀਂ ਰਹਿੰਦਾ ਕਿਉਂਕਿ ਉਹਨੂੰ ਯਾਰ 5 ਮਹੀਨੇ ਰੈਸਟ ਕਰਨੀ ਪਈ ਅਸੀਂ ਜਿਹੜੀ ਦਵਾਈ ਦਿੰਨੇ ਆ ਸਾਡੇ ਕੋਲੇ 200 ਰੁਪਏ ਐਮ ਆਰ ਪੀ ਦੇ ਪ੍ਰੋਡਕਟ ਆਉਂਦਾ 10 ਦਿਨ ਦੀ ਦਵਾਈ ਹੁੰਦੀ ਹੈ ਪਥਰੀ ਦੀ ਇਹ ਸਿਰਫ 10 ਦਿਨ ਦੀ ਦਵਾਈ ਆ ਇਹ ਤੇ ਅਸੀਂ ਹਰ ਮਹੀਨੇ ਸਕੈਨ ਕਰਾ ਲੈਨੇ ਆ 4 ਤੋਂ 5 ਐਮ ਐਮ ਪਥਰੀ ਹਰ ਮੰਥ ਚ ਖੋਰ ਕੇ ਕੱਢੂਗਾ ਅਸੀਂ ਤਕਰੀਬਨ ਇਸ ਪ੍ਰੋਡਕਟ ਦੇ ਨਾਲ ਤੁਸੀਂ ਇਹ ਵੇਖੋ 25 26 mm ਤੱਕ ਵੀ ਰਿਜ਼ਲਟ ਲੈ ਲੇ ਅੱਛਾ ਜਿਵੇਂ ਬੰਟੇ ਜਿੱਦੀ ਪਥਰੀ ਕਹਿੰਦੇ ਹਾਂ ਜਿੱਦੀ ਹਾਂਜੀ ਹਾਂਜੀ ਵੀ ਜਿਹਦਾ ਕੋਈ ਸੋਰਸ ਹੀ ਨਹੀਂ ਕਿਉਂ ਇਹਦੇ ਵਿੱਚ ਇਹ ਜੇ ਪ੍ਰੋਡਕਟ ਹੈ ਇੱਕ ਹੋਰ ਕੀ ਘੜਦੀ ਹੈ ਹੂੰ ਸਾਬਤੀ ਤਾਂ ਨਿਕਲ ਹੀ ਨਹੀਂ ਸਕਦੀ ਬਾਕੀ ਇਹਨੇ ਖੋਰ ਨਾਂ ਇਹਨੇ ਖੋਰੀ ਜਾਣਾ ਹੌਲੀ ਹੌਲੀ ਇਹ ਪ੍ਰੋਡਕਟ ਇਹ ਹੈ ਵੀ ਕਿਡਨੀ ਨੂੰ ਹਰ ਹਾਰਮ ਨਹੀਂ ਕਰਦਾ ਜੀ ਕਿਡਨੀ ਦੀਆਂ ਪ੍ਰੋਬਲਮ ਚ ਵੀ ਅਸੀਂ ਇਹਨੂੰ ਦਿੰਦੇ ਆ ਜੀ ਕਿਡਨੀ ਰੋਗੀ ਆਕ ਹੂੰ ਹੂੰ ਇਹ ਵੀ ਆਉਂਦਾ ਮੇਦੇ ਦੀ ਗਰਮੀ ਤੋਂ ਹੀ ਬਿਲਕੁਲ ਜੀ ਇਹਦਾ ਹੀ ਮੂਲ ਕਾਰਨ ਉੱਥੋਂ ਆਉਂਦਾ ਜਿਹਨੂੰ ਰੇਸ਼ਾ ਹੈ ਉਹਨੂੰ ਵੀ ਪਥਰੀ ਹੋ ਜਾਂਦੀ ਇਹ ਫਿਰ ਪਥਰੀਆਂ ਹੁੰਦੀਆਂ ਡੋਡੀਆਂ ਕਰ ਰੇਸ਼ੇ ਦੀ ਪਥਰੀਆਂ ਇੱਕ ਹੋ ਗਈ ਮਿਹਦੇ ਦੀ ਗਰਮੀ ਦੀ ਪਿੱਤ ਦੀ ਪਥਰੀ ਆ ਗਈ ਇਹ ਫਿਰ ਕੀ ਕਰਦੀ ਹੈ ਮਿਹਦੇ ਦੀ ਗਰਮੀ ਪਥਰੀ ਕਿਵੇਂ ਬਣਾਉਂਦੀ ਹੈ ਸਾਡੇ ਅੰਦਰ ਕੈਲਸ਼ੀਅਮ ਜਾ ਰਿਹਾ ਖਾਣੇ ਅੰਦਰ ਜੀ ਕੈਲਸ਼ੀਅਮ ਨੂੰ ਓਵਰ ਹੀਟ ਕਰ ਦਿੰਦਾ ਮਿਹਦਾ ਮਿਹਦੇ 'ਚ ਗਰਮੀ ਜ਼ਿਆਦਾ ਹੈ ਓਵਰ ਹੀਟ ਕਰਕੇ ਉਹ ਕੰਕਰੀਟ ਬਣ ਜਾਂਦਾ ਹੂੰ ਤੇ ਉਹ ਅੱਗੇ ਕਿਡਨੀ ਉਹਨੂੰ ਬਾਹਰ ਨਹੀਂ ਕੱਢ ਪਉਂਦੀ ਹੌਲੀ ਹੌਲੀ ਜਮਾ ਹੋਣਾ ਸ਼ੁਰੂ ਹੋ ਜਾਂਦਾ 5mm ਦੀ ਪਥਰੀ ਇਹਦੇ ਨਾਲ ਜਾਨੀ ਮਹੀਨੇ ਦੀ ਸਾਡੀ ਨਿਕਲ ਰਹੀ ਆ ਤੇ ਅਸੀਂ ਪਿੱਤੇ ਦੀ ਪਥਰੀ ਦੇ ਵੀ ਮੈਂ ਹੁਣ 13 14 ਰਿਜ਼ਲਟ ਲੈ ਲਏ ਲੈ ਲਏ ਹਾਂਜੀ ਤੇ ਇਸੇ ਜਿਹੜੀ ਹਾਂਜੀ ਇਹਦੇ ਨਾਲ ਅਸੀਂ ਇੱਕ ਪ੍ਰੋਡਕਟ ਹੋਰ ਦਿੰਨੇ ਆ ਅਜਰਬਾ ਜੀ ਜੀ ਲੇਕਿ ਪਿੱਤੇ ਦੀ ਪਥਰੀ ਦਾ ਲਾਜ਼ਮੀ ਇੱਕ ਕਰ ਦਿੰਦਾ ਇਹ ਕਿੰਨੇ ਕੇ ਸਮਾਂ ਖਾਣੀ ਪੈਦੀ ਦੋ ਜਿਹੜੀ ਪਿੱਤੇ ਦੀ ਪਥਰੀ 2mm ਮਹੀਨੇ ਦੀ ਨਿਕਲਦੀ ਆ ਜੀ 1 ਮਹੀਨੇ ਚ 1 ਮਹੀਨੇ ਚ 2 mm ਨਿਕਲੂਗੀ ਜੇ 6 ਆ ਤਾਂ 3 ਮਹੀਨਾ ਚ ਨਿਕਲ ਜੂ 8 ਆ ਤਾਂ 4 ਚ ਨਿਕਲ ਕੋਈ ਕਹਿੰਦਾ ਭਾਵੇਂ ਕਿ 200 ਰੁਪਏ ਤੇ 1000 ਰੁਪਏ ਦਾ ਖਰਚਾ ਨਹੀਂ ਜੇ 5 ਮਹੀਨੇ ਖਾਓ ਹਾਂਜੀ ਹਾਂ ਤੇ ਜੇ ਉਵੇਂ ਗੱਲ ਕਰੀਏ ਤਾਂ ਸਾਡਾ 35 ਤੋਂ 4000 ਰੁਪਏ 30 35 ਤਾਂ ਆਰਾਮ ਨਾਲ ਹੀ ਲੱਗ ਲੱਗ ਜਾਂਦਾ ਹਾਂਜੀ ਲੱਗਦਾ ਲੱਗਦਾ ਤੇ ਫਿਰ ਉਹ ਤੇ ਵੀ ਨਹੀਂ ਪਤਾ ਹੁੰਦਾ ਡਾਕਟਰ ਨੇ ਆਪਰੇਸ਼ਨ ਕੀਤਾ ਤੇ ਅੱਜ ਕੱਲ ਦਾ ਆਪਰੇਸ਼ਨ ਕਰਨ ਲੱਗੇ ਬਹੁਤ ਜਿਹੜੀ ਅਣਗੇਲੀ ਵੀ ਵਰਤੀ ਜਾਂਦੀ ਬਹੁਤ ਵਰਤੀ ਜਾਂਦੀ ਹੈ ਬਹੁਤ ਪ੍ਰੋਬਲਮ ਆਉਂਦੀਆਂ ਆਪਾਂ ਕਿਸੇ ਨੂੰ ਇੱਥੇ ਕਿਸੇ ਨੂੰ ਗਲਤ ਨਹੀਂ ਠਹਿਰਾਉਂਦੇ ਪਰ ਮਨੁੱਖਾ ਗਲਤੀ ਹੋ ਵੀ ਜਾਂਦੀ ਹੈ ਸਾਡੇ ਤੋਂ ਵੀ ਹੋ ਜਾਂਦੀ ਹੈ ਪਰ ਇਹ ਹੈ ਵੀ ਜਿੰਨੀ ਸਾਵਧਾਨੀ ਵਰਤੀ ਜਾਵੇ ਕਿਉਂਕਿ ਰੱਬ ਦਾ ਰੂਪ ਕਿਹਾ ਡਾਕਟਰ ਡਾਕਟਰ ਰੱਬ ਦਾ ਰੂਪ ਤੇ ਸਾਡਾ ਜਿਹੜਾ ਕਿਤਾ ਬਤਨਾਮ ਹੋ ਗਿਆ ਹੂੰ ਬਹੁਤ ਕਲੰਕ ਲੱਗੇ ਇੱਥੇ ਤੇ ਕਉ ਕੁਸ ਵਿੱਚ ਇਹ ਆ ਵੀ ਪੈਸੇ ਦੇ ਲਾਲਚ ਹੋ ਗਿਆ ਜਾਂ ਕਿਵੇਂ ਵੀ ਕਹਿ ਸਕਦੇ ਆ ਕਲਯੁਗ ਦਾ ਜੋਗਾ ਹੁਣ ਜਿਵੇਂ ਕਹਿਣੇ ਆ ਤੇ ਇਹਦੇ ਨਾਲ ਜੇ ਆਪਾਂ ਲੋਕਾਂ ਦਾ ਜੀਵਨ ਸਧਾਰਨ ਦੀ ਥਾਂ ਕਈ ਵਾਰੀ ਉਹ ਬੰਦੇ ਨੂੰ ਨਰਕ ਚ ਧੱਕ ਦਿੰਦੇ ਆ ਕਿ ਜੇ ਇੱਕ ਤਾਂ ਮਰ ਜਾਂਦਾ ਜਾਣ ਵਾਲਾ ਤੇ ਦੂਜੇ ਇੰਨਾ ਪੈਸਾ ਲਾ ਵੰਦੇ ਆ ਉਹ ਸਾਰਾ ਪਰਿਵਾਰ ਖਤਮ ਸਾਰਾ ਪਰਿਵਾਰ ਹੀ ਖਤਮ ਹਾਂਜੀ ਜੀ ਜੇ ਆਪਾਂ ਕਿਸੇ ਦਾ ਸਾਡਾ ਇਹ ਮਨੋਰਥ ਹੁੰਦਾ ਵੀ ਜੇ ਸਾਡੇ ਕੋਲੇ ਕੋਈ ਦਵਾਈ ਲੈਣ ਵੀ ਆਇਆ ਸਾਡੇ ਤੋਂ ਅਸੀਂ ਡਾਕਟਰਾਂ ਨੂੰ ਸਪਲਾਈ ਦਿੰਨੇ ਆ ਡਾਕਟਰ ਵੀ ਸਾ ਤੋਂ ਪੁੱਛ ਲੈਣੇ ਵੀ ਆ ਚੀਜ਼ ਦਾ ਹੱਲ ਹੈ ਜਿਹੜੀ ਚੀਜ਼ ਸਾਡੇ ਕੋਲੇ ਹੱਲ ਨਹੀਂ ਅਸੀਂ ਜਵਾਬ ਦੇ ਦਿੰਦੇ ਜਵਾਬ ਦੇ ਤਾਂ ਕਿ ਸਾਡਾ ਅਗਲਾ ਸਮਾਂ ਨਾ ਖਰਾਬ ਕਰੇ ਪੈਸਾ ਨਾ ਖਰਾਬ ਕਰੇ ਕਿਤੇ ਉੱਥੇ ਜਾਵੇ ਜਿੱਥੇ ਉਹਨੂੰ ਇਹ ਚੀਜ਼ ਮਿਲੇ ਜਿਹੜੀ ਚੀਜ਼ ਸਾਡੇ ਕੋਲੇ ਅਸੀਂ ਉਹੀ ਜਾਨੀ ਕਹਿੰਨੇ ਆ ਕਿ ਹੋ ਸਕਦਾ ਕਹਿੰਦਾ ਭਾਵੇਂ ਨਹੀਂ ਤੁਸੀਂ ਬੰਦ ਨੂੰ ਹਾਂਜੀ ਖੱਜਲ ਕਰਨ ਦੀ ਲੋੜ ਨਹੀਂ ਕਹੀਦਾ ਵੀ ਕਿਉਂ ਪਰੇਸ਼ਾਨ ਕਰਨਾ ਕਿਸੇ ਨੂੰ ਜੀ ਸੋ ਡਾਕਟਰ ਕੁਲਜੀਤ ਸਿੰਘ ਜੀ ਰੌਂਤਾ ਨੇ ਬਹੁਤ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਕਿ ਸਾਨੂੰ ਆਯੁਰਵੈਦਿਕ ਜਿਹੜੇ ਦਵਾਈਆਂ ਦੇ ਨਾਲ ਕਿਸ ਤਰ੍ਹਾਂ ਹੱਲ ਕਰਨ ਚਾਹੀਦੀ ਕਿਸੇ ਵੀ ਬਿਮਾਰੀ ਦਾ ਇਲਾਜ ਅਸੀਂ ਕਰ ਸਕਦੇ ਹਾਂ ਆ ਕਿਹਾ ਜਾਂਦਾ ਕਿ ਆਯੁਰਵੇਦਿਕ ਦਾ ਜਿਹੜਾ ਇਲਾਜ ਆ ਉਹ ਲੰਮਾ ਪਰ ਇਹਨਾਂ ਦੇ ਹਿਸਾਬ ਨਾਲ ਲੰਮਾ ਨਹੀਂ ਕਹਿ ਸਕਦੇ ਕਿਉਂਕਿ ਕਈ ਬਿਮਾਰੀਆਂ ਐਸੀਆਂ ਹੈਗੀਆਂ ਜਿਨ੍ਹਾਂ ਦੀ ਜਿਹੜੀ ਦਵਾਈ ਆ ਉਹ ਸਾਡੇ ਅੰਤ ਵਾਲੇ ਸਮੇਂ ਤੱਕ ਜਿਹੜਾ ਸਾਥ ਨਹੀਂ ਛੱਡਦੀ ਸੋ ਇਹੋ ਜਿਹੀਆਂ ਇਹਨਾਂ ਦੀਆਂ ਦਵਾਈਆਂ ਨੇ ਆਯੁਰਵੇਦਿਕ ਦੀਆਂ ਜੋ ਕਿ ਸਾਲਕ ਦੇ ਵਿੱਚ ਉਹ ਬਿਮਾਰੀ ਤੋਂ ਖੜਾ ਛੁੱਟ ਜਾਂਦਾ ਸੋ ਸਾਡੇ ਹਿਸਾਬ ਨਾਲ ਤਾਂ ਆਯੁਰਵੇਦਿਕ ਜਿਹੜਾ ਪ੍ਰਾਤਨ ਸਮੇਂ ਤੋਂ ਚੱਲਦਾ ਆ ਰਿਹਾ ਤੇ ਹੁਣ ਤਾਂ ਜਿਹੜਾ ਸਰਕਾਰ ਤੋਂ ਮਾਨਤਾ ਪ੍ਰਾਪਤ ਵੀ ਇਹਨੂੰ ਮਿਲ ਗਈ ਆ ਸੋ ਆਯੁਰਵੇਦਿਕ ਤਰੀਕੇ ਦੇ ਨਾਲ ਹੀ ਇਲਾਜ ਕਰਨਾ ਹੈ ਡਾਕਟਰ ਸਾਹਿਬ ਤੁਸੀਂ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਹੋਰ ਕਿਹੜੀ ਬਿਮਾਰੀ ਤੁਹਾਨੂੰ ਲੱਗਦੀ ਵੀ ਜਿਹੜਾ ਤੁਸੀਂ ਸਾਡੇ ਸੁਨੇਹਾ ਦੇ ਸੋ ਸਾਡੇ ਦਰਸ਼ਕਾਂ ਨੂੰ ਸਾਡੇ ਕੋਲੇ ਗਠੀਏ ਦੇ ਪੇਸ਼ੈਂਟ ਵੀ ਬਹੁਤ ਕਵਰ ਹੋ ਰਹੇ ਜੀ ਜੀ ਗਠੀਏ ਦੇ ਵਿੱਚ ਜਿਹੜੀਆਂ ਤੇਜ਼ ਦਰਦਾਂ ਦੀਆਂ ਦਵਾਈਆਂ ਸਟੇਰੋਇਡ ਹੀ ਵਰਤੇ ਜਾ ਰਿਹਾ ਬਹੁਤ ਸਮੇਂ ਤੋਂ ਪਰ ਆਯੁਰਵੇਦ ਦੇ ਵਿੱਚ ਬਹੁਤ ਚੀਜ਼ਾਂ ਵਧੀਆ ਜੀ ਦਰਦਾਂ ਤੋਂ ਜੇ ਕਿਸੇ ਨੇ ਲੈਣਾ ਹੈ ਅਜਰਵਾਇਦ ਦੇ ਵਿੱਚ ਯੋਗ ਰਾਜ ਦਵਾਈ ਆਉਂਦੀ ਹੈ ਸਾਰੀਆਂ ਹੀ ਕੰਪਨੀਆਂ ਦੀ ਆਉਂਦੀ ਹੈ ਜਿੰਨੀਆਂ ਵੀ ਅ ਅਜਰਵਾਇਦ ਕੰਪਨੀਆਂ ਪ੍ਰੋਡਕਟ ਤਿਆਰ ਕਰਦੀਆਂ ਉਹਨਾਂ ਦਾ ਤਕਰੀਬਨ ਇਹ بیس ਪ੍ਰੋਡਕਟ ਹੀ ਹੈ ਪੇਨ ਕਿਲਰ ਕਹਿੰਦੇ ਆ ਅਜਰਵਾਇਦ ਦੀ ਬਿਨਾ ਸਾਈਡ ਇਫੈਕਟ ਦੀ ਬਿਨਾ ਸਿਰ ਬਹੁਤ ਸਸਤਾ ਪ੍ਰੋਡਕਟ ਹੁੰਦਾ ਇਹ ਤਕਰੀਬਨ 2 ਰੁਪਏ ਦੀ ਗੋਲੀ ਹੁੰਦੀ ਹੈ 200 ਰੁਪਏ ਦੀ ਪੀ ਗੋਲੀਆਂ ਨੂੰ ਕਿੰਨਾ ਚਾਹੀਏ ਇੰਨੀ ਇਹ ਜਾਨੀ ਜਿਹੜਾ ਦਰਦਾਂ ਦਾ ਗੱਲ ਕਰਦਾ ਦਰਦਾਂ ਦਾ ਜਿਹੜਾ ਜੋਗਰਾਜ ਆ ਇਹ 60 ਗੋਲੀਆਂ ਦੀ ਪੈਕੰਗਾ 140 ਰੁਪਈਆ ਦੀ ਹੱਥ ਕੋਈ ਜ਼ਿਆਦਾ ਕੋਈ 2 ਸਵਾ 2 ਰੁਪਏ ਦੀ ਗੋਲੀ ਨਾਰਮਲ ਮਾਰਕੀਟ ਚ ਹੋ ਸਕਦਾ ਕੋਈ ਕੰਪਨੀ 2 ਰੁਪਏ ਦੀ ਵੀ ਦਿੰਦੀ ਹੋ ਹੂੰ ਤੇ ਉਹਦੇ ਨਾਲ ਇਹ ਦਰਦਾਂ ਵਾਸਤੇ ਦਿੰਨੇ ਆ ਤੇ ਇਹਦੇ ਵਿੱਚ ਅਸੀਂ ਆਸਟੋਪ੍ਰੈਸ ਟੈਬਲੇਟ ਨਾਮ ਦਾ ਪ੍ਰੋਡਕਟ ਕੱਢਿਆ ਇਹ ਅਸੀਂ 6 ਤੋਂ ਲੈ ਕੇ 12 ਮਹੀਨੇ ਤੱਕ ਰეკਮੈਂਡ ਕਰਦੇ ਆ ਪਰ ਸਾਨੂੰ ਲੈਣ ਨੂੰ 6 ਤੋਂ 12 ਮਹੀਨੇ ਤੱਕ ਇਹ ਲਗਾਤਾਰ ਖਾਵੇ ਸਾਡੇ ਕੋਲੇ ਇਹ ਜੇ ਪੇਸ਼ੈਂਟ ਆ ਅ ਬਹੁਤ ਪੁਰਾਣਾ ਪੇਸ਼ੈਂਟ ਮੇਰਾ ਵੱਡੇ ਘਰ ਤੋਂ ਸੀ ਜਸ ਮੇਲ ਸਿੰਘ ਔਰ ਬੱਬੀ ਤਕਰੀਬਨ ਉਹਨਾਂ ਨੂੰ ਬਹੁਤ ਚਿਰ ਦਾ ਗਠੀਆ ਸੀ ਉਹ ਜਣੀ ਪੁਰਾਣਾ ਮੈਂ ਦੱਸਦਾ ਹੋਰ ਤਾਂ ਪੇਸ਼ੈਂਟ ਹੁਣ ਬਹੁਤ ਚੱਲ ਪਏ ਜਦੋਂ ਇਹ ਸ਼ੁਰੂ ਹੋਏ ਆ ਕੰਮ ਜੀ ਉਹ 2000 ਤਕਰੀਬਨ 15 ਚ ਮੈਡੀਸਨ ਉਹਦੀ ਚੱਲੀ ਸੀ ਅੱਜ ਤੱਕ ਉਹਨੂੰ ਦੁਬਾਰਾ ਗਠੀਆ 네ਗਟਿਵ ਹੀ ਆ ਰਿਹਾ ਉਹ ਇੰਨੇ ਵਾਰੀ ਮਿਲਿਆ ਮੈਨੂੰ ਹੋਰ ਵੀ ਕਈ ਵਾਰੀ ਦਵਾਈ ਲੈਣ ਆਉਂਦੇ ਆ ਉਹ ਕਹਿੰਦੇ ਡਾਕਟਰ ਸਾਹਿਬ ਉਹ ਨਹੀਂ ਦੁਬਾਰਾ ਸਾਡਾ ਵਧਿਆ ਮੈਂ ਗਠੀਆ ਨਹੀਂ ਜੋੜਾਂ 'ਚ ਜਾਂਦਾ ਨਹੀਂ ਹੱਥ ਪੈਰ ਵਿੰਗੇ ਕਰ ਦਿੰਦਾ ਅਸੀਂ ਇਹ ਦੀ ਇਹ ਹੈਗੀ ਆ ਵੀ ਦਵਾਈ ਨਾਲ ਗਠੀਆ ਸਹੀ ਹੋ ਜਾਂਦਾ ਪਰ ਜੇ ਕਿਸੇ ਦੇ ਹੁਣ ਹੱਥ ਪੈਰ ਵਿੰਗੇ ਹੋ ਚੁੱਕੇ ਉਹਨੇ ਉਹਨੂੰ ਇੰਨਾ ਹਾਰਮ ਕਰਤਾ ਹੱਡੀ ਵਿੰਗੀ ਹੋ ਜਾਂਦੀ ਹਮ ਹੱਡੀਆਂ ਨਹੀਂ ਸਿੱਧੀਆਂ ਕਰਦੀ ਇਹ ਦਵਾਈ ਹਾਂ ਗਠੀਆ ਨੈਗੇਟਿਵ ਹੋ ਜਾਂਦਾ ਗਠੀਆ ਨੈਗੇਟਿਵ ਵੀ ਨਹੀਂ ਹੁੰਦਾ ਜੀ ਅੱਜਕੱਲ ਹਮ ਕਿਸੇ ਦਵਾਈ ਨਾਲ ਬਿਲਕੁਲ ਜੀ ਬਿਲਕੁਲ ਸਾਡੇ ਕੋਲੇ ਬਹੁਤ ਪੇਸ਼ੈਂਟ ਹੈਗੇ ਆ ਜਿਹੜੇ ਰਿਕਵਰ ਹੋ ਚੁੱਕੇ ਆ ਹੁਣ ਤੇ ਹੁਣ ਤੱਕ ਵੀ ਸਹੀ ਚੱਲ ਰਹੇ ਆ ਹਮ ਤੇ ਬਾਕੀ ਅਯੁਰਵੇਦ ਦੇ ਵਿੱਚ ਇਹ ਹੈ ਨਹੀਂ ਵੀ ਕਿਸੇ ਪ੍ਰੋਡਕਟ ਕਿਸੇ ਚੀਜ਼ ਦਾ ਕੋਈ ਰਿਜ਼ਲਟ ਨਾ ਹੋਵੇ। ਹੂੰ। ਹੋਰ ਬਹੁਤ ਕੰਪਨੀਆਂ ਦੇ ਪ੍ਰੋਡਕਟ ਆਉਂਦੇ ਆ। ਸਿਰ ਦੇ ਵਾਲਾਂ ਤੋਂ ਲੈ ਕੇ ਪੈਰਾਂ ਦੇ ਨਹੋਂ ਤੱਕ ਹਰ ਚੀਜ਼ ਦਾ ਇਲਾਜ ਹੈਗਾ। ਜਿਵੇਂ ਛੋਟੀ ਉਮਰ ਦੇ ਬੱਚਾ ਦੇ ਵਾਲ ਚਿੱਟੇ ਹੋਣੇ ਫਿਰ ਉਹਦੇ ਦੀ ਵੀ। ਹਾਂ। ਇਹ ਚੀਜ਼ਾਂ ਦਾ ਅਯੁਰਵੇਦ ਦੇ ਵਿੱਚ ਬਹੁਤ ਚੀਜ਼ਾਂ ਦਾ ਇਲਾਜ ਹੈਗਾ। ਕਿਉਂਕਿ ਉਹਦਾ ਕਾਰਨ ਫਿਰ ਅਸੀਂ ਉੱਥੇ ਜਾਣਾ ਮੂਲ ਤੇ। ਸਹੀ ਜੀ। ਬਈ ਵਾਲ ਚਿੱਟੇ ਰੇਸ਼ੇ ਨਾਲ ਹੁੰਦੇ ਆ। ਕਿਸੇ ਦੇ ਤਜਾਬੀ ਮਿੱਧਾ, ਕਿਸੇ ਦੇ ਕਬਜ ਨਾਲ ਹੁੰਦੇ ਆ। ਇਹ ਚੀਜ਼ ਆ। ਜੀ। ਉਹ ਜਿਵੇਂ ਮੂਲ ਵੱਲ ਜਾਣਾ ਪੈਂਦਾ ਹਮ ਇਕੱਲੇ ਵਾਲਾਂ ਤੇ ਨਹੀਂ ਰਹਿਣਾ ਜੀ ਜੀ ਕਈਆਂ ਦੀ ਨਿਗਾ ਘਟ ਜਾਂਦੀ ਆ ਗੈਸ ਨਾਲ ਹੀ ਨਿਗਾ ਘਟ ਜਾਂਦੀ ਆ ਹਮ ਇਹ ਚੀਜ਼ ਦੀ ਪ੍ਰੋਬਲਮ ਆਉਂਦੀ ਸੋ ਡਾਕਟਰ ਸਾਹਿਬ ਨੇ ਬਹੁਤ ਹੀ ਅ ਵਿਸਤਾਰਪੂਰਵਕ ਜਿਹੜੀ ਜਾਣਕਾਰੀ ਦਿੱਤੀ ਆ ਆਪਣੇ ਪ੍ਰੋਡਕਟ ਜਿਹੜੇ ਇਹਨਾਂ ਦੇ ਹੈਗੇ ਨੇ ਆਯੁਰਵੇਦਿਕ ਦੇ ਵਿੱਚ ਉਦੇ ਬਾਰੇ ਵੀ ਜਾਣਕਾਰੀ ਦਿੱਤੀ ਡਾਕਟਰ ਸਾਹਿਬ ਤੋਂ ਅਸੀਂ ਜਾਂਦੇ ਜਾਂਦੇ ਜੇਕਰ ਤੁਸੀਂ ਡਾਕਟਰ ਸਾਹਿਬ ਦੀ ਸਲਾਹ ਲੈਣੀ ਹੈ ਨਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਿਮਾਰੀ ਆ ਤਾਂ ਸਲਾਹ ਤੁਸੀਂ ਲੈ ਸਕਦੇ ਹੋ ਇਹਨਾਂ ਨੂੰ ਆਪਾਂ ਇਹਨਾਂ ਦਾ ਨੰਬਰ ਵੀ ਬਲਾਉਨੇ ਆ ਕਿੰਨਾ ਤੇ ਇਹਨਾਂ ਤੋਂ ਪੁੱਛਦੇ ਜੇ ਇਹਨਾਂ ਨੂੰ ਮਿਲਣਾ ਹੋਵੇ ਤਾਂ ਕਿੱਥੇ ਮਿਲ ਸਕਦੇ ਨੇ ਡਾਕਟਰ ਸਾਹਿਬ ਤੁਹਾਡਾ ਆਪਣਾ ਨੰਬਰ ਵੀ ਸਾਡੇ ਦਰਸ਼ਕਾਂ ਨੂੰ ਜਰੂਰ ਦੱਸਿਓ ਜੀ ਮੇਰਾ ਨਾਮ ਕੁਲਜੀਤ ਸਿੰਘ ਹੈ ਪਿੰਡ ਰੌਂਤਾ ਤੇ ਮੈਂ ਇਸ ਟਾਈਮ ਵੈਸੇ ਪਿੰਡ ਲੰਡੇ ਘਿਹਰਾਸ਼ ਆ ਮੇਰੀ ਮੁੱਗੇ ਕਿਉਂਕਿ ਮੁੱਗੇ ਸਾਡਾ ਅਜਰਵਾਇਦਾ ਸਟੋਰ ਆ ਤੇ ਪਿੰਡ ਦੇ ਵਿੱਚ ਵੀ ਮੈਂ ਅਸੀਂ ਦੋ 파ਟਨਰ ਆ ਮੇਰਾ ਦੂਜਾ 파ਟਰਨ ਪਿੰਡ ਪ੍ਰੈਕਟਿਸ ਕਰਦੇ ਆ ਉਹਨਾਂ ਕੋਲ ਪਿੰਡ ਵੀ ਮਿਲਿਆ ਜਾ ਸਕਦਾ ਮੇਰਾ ਨੰਬਰ ਹੈਗਾ 99884 61127 9998461127 ਤੇ ਜਿਹੜੀ ਸਾਡੇ ਰੌਂ ਤੇ ਪਿੰਡ ਦੇ ਵਿੱਚ ਵੀ ਕਲੀਨਿਕ ਹੈਗਾ ਉਹਦਾ ਨੰਬਰ ਹੈਗਾ 94631 00474 94631 00474 ਉੱਥੇ ਡਾਕਟਰ ਲਖਵਿੰਦਰ ਸਿੰਘ ਮਿਲਦੇ ਆ ਤੇ वैसे भी जे किसी ने जर्नल नॉलेज ਲਈ ਜਾਂ ਕੋਈ ਨੌਲੇਜ ਲੈਣੀ ਹੋਵੇ ਵੀ ਆਹ ਪ੍ਰੋਡਕਟ ਦਾ ਸਾਡਾ ਬਿਮਾਰੀ ਦਾ ਇਸ ਦਾ ਹੱਲ ਹੈਗਾ ਫ੍ਰੀਕੁਐਂਟਲੀ ਸਾਡੇ ਤੋਂ ਪੁੱਛ ਸਕਦਾ ਅਸੀਂ ਵੈਸੇ ਵੀ ਕੋਈ ਕੰਸਲਟੈਂਸੀ ਫੀਸ ਨਹੀਂ ਲੈਂਦੇ ਸਾਡਾ ਏਮ ਹੈ ਜੀ ਕਿ ਜਿਹੜੀ ਚੀਜ਼ ਤੇ ਸਾਡਾ ਖਰਚਾ ਹੀ ਨਹੀਂ ਹੁੰਦਾ ਉਹ ਤਾਂ ਕੁਝ ਚੀਜ਼ਾਂ ਵੈਸੇ ਹੀ ਮਹਿੰਗੀਆਂ ਹੋਈਆਂ ਬਾਜ਼ਾਰ ਦੀ ਬਿਲਕੁਲ ਜੀ ਇਹ ਮੈਂ ਏਮ ਲੈ ਕੇ ਚੱਲਿਆ ਜੀ ਮੈਥੋਸਲਾਤ ਤੁਰਿਆ ਜਾਂਦਾ ਬੰਦਾ ਵੀ ਲੈ ਲਈ ਜੀ ਮੈਂ ਉਹ ਤੋਂ ਕੰਸਲਟੈਂਸੀ ਫੀਸ ਨਹੀਂ ਲੈਂਦਾ ਮੇਰੇ ਜਿੰਨੇ ਵੀ ਕਸਟਮਰ ਆਉਂਦੇ ਕਿਤੇ ਅਸੀਂ 20 ਰੁਪਏ ਫੀਸ ਵੀ ਨਹੀਂ ਲੈਂਦੇ ਹਮ ਅਸੀਂ ਦਵਾਈ ਦੇ ਪੈਸੇ ਲੈਨੇ ਆ ਹੋ ਸਕਦਾ ਜੇ ਦਵਾਈ ਚੋਂ 10-20 ਰੁਪਏ ਛੱਡੇ ਜਾਣ ਕੋਸ਼ਿਸ਼ ਕਰੀ ਦੀਆ ਕੋਸ਼ਿਸ਼ ਕਰੀ ਦੀਆ ਹਾਂ ਜੀ ਤੇ ਥੋੜਾ ਬਹੁਤਾ ਮੈਂ ਫਿਜ਼ੀਓਥੈਰੇਪੀ ਵਾਂਗੂ ਵੀ ਪ੍ਰੈਕਟਿਸ ਵੈਸੇ ਸਿੱਖਿਆ ਮੈਂ ਉਹਦੀ ਕੋਈ ਡਿਗਰੀ ਨਹੀਂ ਲਈ ਜੇ ਕੋਈ ਮਾੜੀ ਮੁੱਟੀ ਉਸ ਤਰ੍ਹਾਂ ਦੀ ਕੋਈ ਪ੍ਰੋਬਲਮ ਕਿਸੇ ਦੀ ਬੈਕਏਕ ਦੀ ਪ੍ਰੋਬਲਮ ਜਾਂ ਮੇਰੇ ਕੋਲੇ ਆ ਜੇ ਅਸੀਂ ਉਹਦੀ ਸੇਵਾ ਨਹੀਂ ਲੈਂਦੇ ਕਿਸੇ ਤੋਂ ਉਹ ਅਸੀਂ ਫ੍ਰੀ ਫ੍ਰੀ ਹੋਈ ਕਰ ਦਿੰਦੇ ਆ ਅਸੀਂ ਕਿਸੇ ਦਾ ਕੋਈ ਨੱਪ ਕੇ ਠੀਕ ਹੁੰਦਾ ਤੇ ਮੈਨੂੰ ਕਈ ਵਾਰ ਕਿਹਾ ਕਹਿੰਦੇ ਵੀ ਤੁਸੀਂ ਮਿਹਨਤ ਦੇ ਪੈਸੇ ਲਿਆ ਕਰੋ ਮੈਂ ਕਿਹਾ ਵੀ ਮੈਨੂੰ ਐਂ ਲੱਗਦਾ ਵੀ ਜਿੱਥੇ ਮੇਰਾ ਕੋਸ ਖਰਚਾ ਹੀ ਨਹੀਂ ਆਇਆ ਰੱਬ ਨੇ ਦਿੱਤਾ ਸਰੀਰ ਤੇ ਜੇ ਇਹਦੀ ਮਿਹਨਤ ਨਾਲ ਜੇ ਕਿਸੇ ਦਾ ਭਲਾ ਹੁੰਦਾ ਤਾਂ ਚੰਗੀ ਗੱਲ ਆ ਚੰਗੀ ਗੱਲ ਹਾਂਜੀ ਤੇ ਬਾਕੀ ਨੀਮ ਹਕੀਮ ਖਤਰਾ ਜਾਣ ਵਾਲੀ ਜਿਹੜੀ ਗੱਲ ਕਰਦੇ ਸੀ ਆਪਾਂ ਸਾਰੀ ਜਿਹੜੀ ਲਕਾਈ ਦੇ ਵਿੱਚ ਮੈਸੇਜ ਜਾਣਾ ਚਾਹੀਦਾ ਆਪਾਂ ਨੂੰ ਕਿ ਅਸੀਂ ਬਿਨਾਂ ਸੋਚੇ ਸਮਝੇ ਨਾ ਕੋਈ ਚੀਜ਼ ਲਈਏ ਜੀ ਜੇ ਆਪਾਂ ਗਲੋ ਵੀ ਖਾਣ ਲੱਗੇ ਹਨਾ ਉਹਦੀ ਘੱਟੋ ਘੱਟ ਗੂਗਲ ਤੇ ਮਕਦਾਰ ਕੱਢ ਲਓ ਜੀ ਵੀ ਕਿੰਨੀ ਲੈਣੀ 200mg ਲੈਣੀ ਆ 500mg ਲੈਣੀ ਆ ਬੰਦਾ ਕਹਿੰਦਾ ਮੈਂ ਤਾਂ ਇੰਨਾ ਕੁ ਡੱਕਾ ਖਾਦਾ ਸੀ ਡੱਕਾ 10 ਗ੍ਰਾਮ ਦਾ ਹੋਗਾ ਜੀ ਹੂੰ ਦਸਾਂ ਜਾਣੇ ਦਵਾਈ ਆ ਉਹ ਇੱਕ ਇੱਕ ਜਾਣੇ ਨੇ ਖਾ ਲਈ ਇੱਕ ਬੰਦੇ ਲਈ ਉਹ ਕੀ ਹੋ ਜਾਂਦਾ ਆਪਣਾ ਕਈ ਨੁਕਸਾਨ ਹੋ ਜਾਂਦਾ ਫਾਇਦੇ ਦੀ ਸਾਨ ਹੂੰ ਇਹ ਚੀਜ਼ ਆ ਧਿਆਨ ਚ ਰੱਖੋ ਕਿਉਂਕਿ ਅਜਰਵਾਇਦ ਵੀ ਇਹ ਆ ਵੀ ਭਾਵੇਂ ਆਪਣੇ ਨੇੜੇ ਦੀਆਂ ਜੜੀਆਂ ਬੂਟੀਆਂ ਹੀ ਆ ਪਰ ਲੋੜ ਤੋਂ ਵੱਧ ਵਰਤੋਂ ਮਾੜੀ ਆ ਹੁਣ ਕਈ ਬੰਦਿਆਂ ਦੀ ਨਿੰਮ ਦੀ ਦਤਨ ਬੰਦ ਕਰਾਈ ਆ ਮੈਂ ਜੀ ਦੇਖੋ ਨਿੱਕੀ ਜੀ ਚੀਜ਼ ਆ ਉਹ ਹੁਣ ਕੀ ਆ ਉਹਦੇ ਤਜਾਬ ਐਸਿਡਟ ਪਹਿਲਾਂ ਹੀ ਮਿੱਦਾ ਬਹੁਤ ਗਰਮ ਆ ਉਤੋਂ ਨਿੰਮ ਖਾਈ ਜਾਂਦਾ ਕਿਸੇ ਦੀ ਨਿਗਾ ਪਹਿਲਾਂ ਹੀ ਘਟਾ ਉਤੋਂ ਨਿੰਮ ਰੋਜ਼ ਖਾਈ ਜਾਂਦਾ ਵੀ ਇਹ ਚੀਜ਼ਾਂ ਦਾ ਜਣੀ ਆਪਾਂ ਨੈਟ ਤੋਂ ਪੜ੍ਹ ਕੇ ਜਾਂ ਹੋਰ ਕਰਕੇ ਨਹੀਂ ਕੀਤਾ ਜਾ ਸਕਦਾ ਥੋੜਾ ਜਿਹਾ ਕਿਸੇ ਢੰਗ ਤਰੀਕੇ ਨਾਲ ਜਾਂ ਕਿਸੇ ਵੈਦ ਨੂੰ ਕਿਸੇ ਅਜਰਵਾਇਦ ਵਾਲੇ ਬੰਦੇ ਨੂੰ ਪੁੱਛ ਲਓ ਸਲਾਹ ਲੈ ਲਓ ਤਹਾ ਬਹੁਤ ਵਧੀਆ ਜੀ ਜੀ ਇਹੀ ਮੇਰਾ ਮੈਸੇਜ ਦੇਣਾ ਚਾਹੁੰਨਾ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢਿਆ ਸਾਡੇ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕੀਤੀ ਆ ਸੋ ਅਸੀਂ ਵੀ ਦਰਸ਼ਕਾਂ ਨੂੰ ਬੇਨਤੀ ਕਰਦੇ ਆ ਜੇ ਕਿ ਜੇਕਰ ਤੁਸੀਂ ਡਾਕਟਰ ਸਾਹਿਬ ਨਾਲ ਸਲਾਹ ਕਰਨੀ ਹੋਵੇ ਤਾਂ ਨੰਬਰ ਇਹਨਾਂ ਨੇ ਬੋਲੀ ਦਿੱਤਾ ਤਾਂ ਤੁਸੀਂ ਇਹਨਾਂ ਦੇ ਨੰਬਰ ਤੇ ਵੀ ਤੇ ਜਿਹੜੇ ਇਹਨਾਂ ਦੇ ਸਹਿਯੋਗੀ ਨੇ ਪਿੰਡ ਰੌਂਤਾ ਦੇ ਵਿੱਚ ਕਲੀਨਿਕ ਆ ਇਹਨਾਂ ਦਾ ਉੱਥੇ ਉਹਨਾਂ ਦੇ ਨਾਲ ਵੀ ਤੁਸੀਂ ਸਲਾਹ ਕਰ ਸਕਦੇ ਹੋ ਇੱਕ ਗੱਲ ਹੋਰ ਬਹੁਤ ਵੱਡੀ ਲੱਗੀ ਡਾਕਟਰ ਸਾਹਿਬ ਦੀ ਕਿ ਇਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਸਲਾਹ ਦਾ ਕੋਈ ਪੈਸਾ ਨਹੀਂ ਲੈਂਦੇ ਕਿਸੇ ਟਾਈਮ ਵੀ ਕੋਈ ਵੀ ਬੰਦਾ ਸਾਡੇ ਤੋਂ ਸਲਾਹ ਲੈ ਸਕਦਾ ਸੋ ਦੋਸਤੋ ਦੇਖਦੇ ਰਹੋ ਤੁਸੀਂ ਨਿਊਜ਼ ਪੰਜਾਬ ਦੀ ਚੈਨਲ ਜੇਕਰ ਤੁਸੀਂ ਚੈਨਲ ਤੇ ਸਾਡੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਦਾ ਬਟਨ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਸਾਡੀਆਂ ਅਜਹਈਆਂ ਵੀਡੀਓ ਅੱਗੇ ਤੋਂ ਵੀ ਮਿਲਦੀਆਂ ਰਹਿਣ ਸੋ ਹੁਣ ਮਗਦੇਹਾ ਆ ਗਿਆ ਫਿਰ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਮੇਰੇ ਨਾਲ ਮੋਗਾ ਤੋਂ ਗੁਰਪ੍ਰਸਾਦ ਛਿੱਦੂ ਸਤਿ ਸ਼੍ਰੀ ਅਕਾਲ ਜੀ